ग्रोसरी चाइनीज अते इंडियन रेस्टोरेंट जिथे मिलेगा वधिया खाना दो परौंठे सिर्फ 4.99 च ट्रक ड्राइवर वीरा लई टू गो अते बैठ के खान लई वधिया जगह नवे अते पुराने टायरा लई अते ट्रका दी माइनर रिपेयर लई आज ही कॉल करो सुखी कुम्मण 6618858858 6618858858 एड्रेस 2201 साउथ यूनियन एवेन्यू बेकर्सफील्ड कैलिफोर्निया 93307 यूनियन विलेज। ओ यार की सपने देखे सी कनेडा आने तो पहला ओ सपने पूरे करने हैं ता ड्रीम लाइनर एक्सप्रेस वाले नु कॉल कर। जी हाँ, ड्रीमलाइनर एक्सप्रेस कंपनी कैलगरी अल्बर्टा कैनेडा जिन्हां नूं साफ सुथरे रिकॉर्ड ते 2 साला तजर्बे वाले ड्राइवर दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन है। इन्हां कोल ड्राई ते रीफर लोड भी है। होम रिटर्न विद इन 5 डेज बाई वीकली ते चंगी तनखा दिंदे आ। और हाँ, सिंगल ते टीम्स दोनों नूं हायर करदे ने। वधेरे जानकारी लई कॉल 403-404-9501 403-404-9501 Dreamliner Express Company Calgary Alberta कैनेडा। ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जा ऑटोमेटिक क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 519-622-0660 या quicktrucklube.com QTL because we care. Quick Truck Lube. JB Truck Repair, Yuba City, Certified Cummins, Detroit Freightliner, Western Star, Volvo, Caterpillar, ate Series 60 Engines, International ate Automatic Transmissions, 5 Saal da Freightline Dealership da Experience, A Engine, Truck, Trailer, AC, Electrical, DPF, DEF Repair karde han, Transmission, Rear End, Brakes, Oil Change kar dende han, Certified 90-Day DOT Inspection, ate Certified Annual Federal DOT Inspection, ਐਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7 ਨਵੇਂ ਕਸਟਮਰਸ ਲਈ 10% ਡਿਸਕਾਊਂਟ ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15 ਐਡਰੈਸ 3894 ਰੇਲ ਰੋਡ ਐਵੇਨਿਊ ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲੋਸਟ ਹਿਲਸ। ਫੋਨ ਨੰਬਰ 661-797-2354। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਤੁਸੀਂ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਲਾਈਵ ਜੁੜੇ ਹੋਏ ਹੋ। ਵਾਸ਼ਿੰਗਟਨ ਫਰੇਟ ਸਰਵਿਸ ਸੈਟਲ ਨੂੰ ਓਨਰ ਆਪਰੇਟਰ ਤੇ ਡਰਾਈਵਰ ਚਾਹੀਦੇ ਨੇ। ਜਿਹੜੇ ਵੀਰਾਂ ਨੂੰ ਇੰਗਲਿਸ਼ ਦੇ ਵਿੱਚ ਥੋੜ੍ਹੀ ਮੋਟੀ ਤੰਗੀ ਫੰਗੀ ਆਉਂਦੀ ਹੈ ਤਾਂ ਉਹ ਪੰਜਾਬੀ ਦੇ ਵਿੱਚ ਵੀ ਉਹਨਾਂ ਦੇ ਲਈ ਡਿਸਪੈਚ ਕਰਦੇ ਨੇ। ਤੁਸੀਂ ਰੋਜ਼ਾਨਾ ਕੰਮ ਕਰਕੇ ਆਪਣੇ ਘਰੇ ਪਰਤ ਸਕਦੇ ਹੋ, ਬੱਚਿਆਂ ਦੇ ਨਾਲ ਸੋਹਣਾ ਸਮਾਂ ਬਤੀਤ ਕਰ ਸਕਦੇ ਹੋ। ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 206-354-4060 ਅਤੇ ਜਗਦੇਵ ਸੰਧੂ ਹੋਰਾਂ ਨਾਲ 253-266-6924 'ਤੇ ਕਾਲ ਕਰ ਸਕਦੇ ਹੋ। ਮਨਮੋਹਨ ਸਿੰਘ ਧਾਲੀਵਾਲ ਜੋ ਸੈਟਲ 'ਚ ਨੇ ਉਹਨਾਂ ਦੀ ਕੰਪਨੀ ਹੈ ਜੀ J&H ਐਕਸਪ੍ਰੈਸ। ਇਹਨਾਂ ਨੂੰ ਓਨਰ ਆਪਰੇਟਰ ਡਰਾਈਵਰ ਚਾਹੀਦੇ ਨੇ। ਸਹੂਲਤਾਂ ਕਾਫੀ ਦਿੰਦੇ ਨੇ, ਸ਼ਾਮ ਨੂੰ ਘਰ ਜਾ ਸਕਦੇ ਹੋ, ਬੱਚਿਆਂ ਦੇ ਨਾਲ ਟਾਈਮ ਬਤੀਤ ਕਰ ਸਕਦੇ ਹੋ। ਇੱਕ ਵਾਰੀ ਕਾਲ ਕਰਕੇ ਪੁੱਛ ਲਓ 206-550-0088। ਸੋ ਅੱਜ ਦਿਨ ਸੋਮਵਾਰ ਹੈ। ਸ਼ਿਵਿੰਦਰ ਜੀ ਸੂਹੀ ਸਵੇਰ ਮੇਰੇ ਨਾਲ ਜੁੜਦੇ ਨੇ ਅਤੇ ਉਹਨਾਂ ਨਾਲ ਆਪਾਂ ਵਾਰਤਾਲਾਪ ਅੱਗੇ ਲੈ ਕੇ ਚੱਲਦੇ ਹਾਂ। ਸ਼ਿਵਿੰਦਰ ਜੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ ਮਿਹਰਬਾਨੀ। ਸ਼ਿਵਿੰਦਰ ਜੀ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਤੁਸੀਂ, ਕਿਸਾਨ ਆਗੂਆਂ ਦੇ ਬਿਆਨਤ ਅਤੇ ਉੱਥੇ ਬੈਠੇ ਕੁਛ ਸਮਾਜ ਸੇਵੀ ਆਪੋ ਬਣੇ ਲੀਡਰ, ਫੇਸਬੁੱਕ ਦੇ ਉੱਤੇ ਐਕਟਿਵਿਸਟ, ਤੁਸੀਂ ਇੱਕ ਨੋਟ ਕੀਤੀ ਹੋਣੀ ਹੈ ਕਿ ਫੇਸਬੁੱਕ ਐਕਟਿਵਿਸਟ ਵੀ ਕਾਫੀ ਪਹੁੰਚੇ ਹੋਏ ਨੇ ਉੱਥੇ ਹੁਣ ਅਸਲੀਅਤ ਉਹਨਾਂ ਮਗਰ ਕਿੰਨੇ ਕੁ ਲੋਕ ਨੇ,
ਕੀ ਚੀਜ਼ ਹੈ? ਤੁਹਾਨੂੰ ਵੀ ਪਤਾ ਕਿ ਆਮ ਆਦਮੀ ਪਾਰਟੀ ਜਦੋਂ ਉਭਰੀ ਸੀ ਤੇ ਪੰਜਾਬ ਦੇ ਇਲੈਕਸ਼ਨ ਸੀ, ਕਿੰਨੇ ਪੇਜ ਐਕਟਿਵ ਸੀ, ਕਿੰਨੇ ਲੋਕ ਐਕਟਿਵ ਸੀ, ਕਿੰਨੀਆਂ ਪ੍ਰੋਫਾਈਲਾਂ ਐਕਟੀਵੇਟ ਸੀ? ਉਹਨਾਂ ਦੇ ਬਿਆਨਾਂ ਜੇਕਰ ਗੱਲ ਕਰੀਏ ਸਿੱਧੇ ਤੌਰ ਦੇ ਉੱਤੇ, ਇੱਕੋ ਇੱਕ ਫਿਲਮੀ ਐਕਟਰ ਹੈ ਦੀਪ ਸਿੱਧੂ, ਲਗਾਤਾਰ ਪਹਿਲੇ ਦਿਨ ਤੋਂ ਜਦੋਂ ਤੋਂ ਆਪਾਂ ਆਖੀਏ ਕਿ ਪੰਜਾਬ ਦੇ ਵਿੱਚ ਬੰਦ ਚੱਲਿਆ, ਬੰਦ ਤਾਂ ਹੋ ਗਿਆ ਪਰ ਜਦੋਂ ਮਾਮਲਾ ਭੱਖ ਗਿਆ, ਕਹਿੰਦੇ ਉਹਦੇ ਨਾਲ ਕੜਾ ਆਟਾ ਖੁਸ਼ਬੋ ਦੇਣ ਲੱਗ ਪਿਆ ਕੜਾ ਬੰਦ ਤੋਂ ਪਹਿਲਾਂ, ਤੇ ਉਹ ਭਾਈ ਸਾਹਿਬ ਵੀ ਐਕਟੀਵੇਟ ਹੋ ਗਏ, ਉਹਨਾਂ ਦੇ ਬਿਆਨ ਬੜੇ ਆਉਂਦੇ ਨੇ, ਉਹਨਾਂ ਦੇ ਬਿਆਨਾਂ ਨੂੰ ਕਿਵੇਂ ਲੈ ਕੇ ਚੱਲਦੇ ਹੋ? ਦੇਖੋ ਇਸ ਸਮੇਂ ਇਹ ਜਿਹੜਾ ਸੰਘਰਸ਼ ਪੂਰੇ ਜੋਬਨ ਤੇ ਆ, ਇਹ ਸੰਘਰਸ਼ ਜਿੱਥੇ ਜੋਬਨ ਤੇ ਆ ਨਾ, ਉੱਥੇ ਬੜੇ ਨਾਜ਼ੁਕ ਦੌਰ ਉੱਤੇ ਵੀ ਖੜਾ ਹੋਏਗਾ। ਨਾਜ਼ੁਕ ਦੌਰ ਤੇ ਇਸ ਲਈ ਖੜਾ ਕਿ ਇਹ ਉਹ ਦੌਰ ਹੈ ਜਿੱਥੇ ਕੁਛ ਵੀ ਹੋ ਸਕਦਾ, ਜਿੱਥੇ ਕਹਾਣੀ ਵਿਗੜ ਵੀ ਸਕਦੀ ਹੈ, ਜਿੱਥੇ ਕਹਾਣੀ ਬਹੁਤ ਅੱਗੇ ਨੂੰ ਵੀ ਜਾ ਸਕਦੀ ਹੈ, ਇਹਨੂੰ ਅਸੀਂ ਨਾਜ਼ੁਕ ਦੌਰ ਕਹਿੰਦੇ ਹਾਂ। ਇਸ ਨਾਜ਼ੁਕ ਦੌਰ ਉੱਤੇ ਇੱਕ ਤਾਂ ਜਿਹੜੀ ਲੀਡਰਸ਼ਿਪ ਆ ਉਹਨੂੰ ਬਹੁਤ ਸੁਚੇਤ ਹੋਣ ਦੀ ਲੋੜ ਆ ਵੀ ਥੋੜੀ ਜਿਹੀ ਸਾਡੇ ਕੋਲੋਂ ਗਲਤੀ ਹੋਈ ਤਾਂ ਇਹਦਾ ਬਹੁਤ ਵੱਡਾ ਖਮਿਆਜਾ ਭੁਗਤਣਾ ਪੈ ਸਕਦਾ ਹੈਗਾ। ਦੂਜੇ ਪਾਸੇ ਇਹਦੇ ਵਿੱਚ ਜੇ ਕੋਈ ਕਾਲੀਆਂ ਭੇਡਾਂ ਹੈਗੀਆਂ ਨੇ ਵਿੱਚ ਜਾਂ ਬਾਹਰ, ਉਹਨਾਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਆ, ਕਿਉਂਕਿ ਜੇ ਇੱਦਾਂ ਦੀਆਂ ਕਾਲੀਆਂ ਭੇਡਾਂ ਵੱਲੋਂ ਵੀ ਕੁਛ ਇੱਦਾਂ ਦਾ ਹੁੰਦਾ ਹੈ ਤੇ ਉਹ ਸੰਘਰਸ਼ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਏਗਾ, ਨੰਬਰ ਇੱਕ ਹੈ। ਹੁਣ ਦੀਪ ਸਿੱਧੂ ਹੋਰਾਂ ਬਾਰੇ ਤੁਹਾਨੂੰ ਯਾਦ ਹੈ, ਤੁਸੀਂ ਤੇ ਮੈਂ ਜਾਂ ਆਪਣੇ ਦੋਹਾਂ ਵਰਗੇ ਹੋਰ ਬਹੁਤ ਸਾਰੇ ਪੱਤਰਕਾਰ ਉਹ ਪਹਿਲਾਂ ਸੁਚੇਤ ਕਰਦੇ ਰਹੇ ਨੇ ਤੇ ਸੁਚੇਤ ਕਰਦੇ ਵੀ ਰਹੇ ਨੇ ਤੇ ਕਹਿੰਦੇ ਵੀ ਰਹੇ ਨੇ ਕਿ ਬਚ ਕੇ ਰਹੋ, ਪਰ ਇਹ ਠੀਕ ਹੈ ਕਿ ਇੱਕ ਖਾਸ ਨੌਜਵਾਨ ਤਬਕੇ ਨੂੰ ਉਹਨੇ ਪ੍ਰਭਾਵਿਤ ਕੀਤਾ, ਸਗੋਂ ਕੁੱਝ ਜਿਹੜੇ ਹੈਗੇ ਆ ਆਪਣੇ ਆਪ ਨੂੰ ਖਾਲਿਸਤਾਨੀ ਕਹਾਉਣ ਵਾਲੀਆਂ ਧਿਰਾਂ ਉਹ ਵੀ ਉਹਨੂੰ ਫੂਕ ਦਿੰਦੀਆਂ ਰਹੀਆਂ, ਉਹਨਾਂ ਨੂੰ ਲੱਗਦਾ ਕਿ ਜਿਵੇਂ ਸੱਚੀ ਮੁੱਚੀ ਇਹ ਬੰਦਾ ਜਿਹੜਾ ਨਾ ਉਹਨਾਂ ਦੀ ਸੋਚ ਨੂੰ ਲਿਖਾਇਕ ਹੈਗਾ, ਜੋ ਕਿ ਨਹੀਂ ਹੈਗਾ, ਇਹਨਾਂ ਦੀ ਵੀ ਗੱਲ ਨਹੀਂ ਹੈਗੀ, ਕਿਉਂਕਿ ਉਹ ਬੰਦੇ ਦਾ ਜਿਹੜਾ ਹਿਸਾਬ ਕਿਤਾਬ ਹੈ ਉਹ ਅਸਲ ਵਿੱਚ ਨਾ ਤਾਂ ਕੋਈ ਖਾਲਿਸਤਾਨੀ ਹੈ, ਨਾ ਹੀ ਕੋਈ ਜਿਹੜਾ ਪ੍ਰੋਗਰੈਸਿਵ ਹੈ, ਨਾ ਕੋਈ ਲੋਕ ਪੱਖੀ ਹੈ, ਉਹਦਾ ਇੱਕ ਆਪਣਾ ਹੀ ਹਿਸਾਬ ਹੈਗਾ, ਕਿਉਂਕਿ ਉਹਦਾ ਹਿਸਾਬ ਕੀ ਹੈ, ਉਹਨੇ ਦੋ ਚਾਰ ਇੱਕ ਖਾਸ ਲੇਖਕ ਦੀਆਂ ਕਿਤਾਬਾਂ ਪੜ੍ਹ ਲਈਆਂ ਨੇ ਉਸ ਲੇਖਕ ਦੀਆਂ, ਜਿਹੜੀਆਂ ਕਿ ਉਹ ਲੇਖਕ ਵੀ ਕਦੇ ਆਪਣੀ ਵਿਚਾਰਧਾਰਾ ਦੇ ਉੱਤੇ ਪ੍ਰਬੁੱਧ ਨਹੀਂ ਰਿਹਾ ਹੈਗਾ, ਜਿਹੜੇ ਲੇਖਕ ਦੀਆਂ ਉਹਨੇ ਕਿਤਾਬਾਂ ਪੜ੍ਹੀਆਂ ਨੇ, ਉਹਨੇ ਵੀ ਬੜੀਆਂ ਟਪੂਸੀਆਂ ਮਾਰੀਆਂ, ਉਹਨੇ ਜਿਹੜੇ ਵੀ ਕੋਈ ਲਹਿਰ ਨਾਲ ਜੁੜਿਆ ਉਹ ਲਹਿਰ ਦੀ ਫੂਕ ਫਾਕ ਕੱਢਣ ਤੋਂ ਬਾਅਦ ਫਿਰ ਉਹਨੇ ਪੈਂਤੜੇ ਬਦਲਦੇ ਰਿਹਾ, ਤੇ ਉਸੇ ਤਰ੍ਹਾਂ ਦੀ ਹੁਣ ਲੈਂਗੁਏਜ ਸੇਮ ਉਹ ਬੰਦਾ ਵਰਤ ਰਿਹਾ, ਉਹੀ ਸ਼ਬਦ ਨੇ ਉਹਦੇ, ਉਹੀ ਉਹਦੇ ਜਿਹੜੇ ਹੈਗੇ ਆ ਉਹੀ ਜਿਹੜਾ ਹੈਗਾ ਮੁਹਾਰਨੀ ਹੈ ਸਾਰੀ, ਉਹੀ ਕੁਛ ਹੈਗਾ ਵਾ ਇਹ ਬੰਦਾ। ਜਦੋਂ ਪਹਿਲਾਂ ਤਾਂ ਸਭ ਨੂੰ ਪਤਾ ਵੀ ਬੀਜੇਪੀ ਨਾਲ ਇਹਦਾ ਕਨੈਕਸ਼ਨ, ਉਹ ਦੱਸਣ ਦੀ ਦੁਬਾਰੇ ਲੋੜ ਨਹੀਂ ਹੈ ਮੈਨੂੰ, ਲੇਕਿਨ ਜਦੋਂ ਕਿਸਾਨੀ ਸੰਘਰਸ਼ ਮਗਿਆ ਉਦੋਂ ਇਹ ਬੰਦੇ ਨੇ ਆਪਣੀ ਜਿਹੜੀ ਇੱਕਦਮ ਇਹ ਵੀ ਪ੍ਰਗਟ ਹੋਇਆ, ਇੱਕਦਮ ਉਸੇ ਉਹੀ ਲੇਖਕ ਵਾਲੀ ਬੋਲੀ ਬੋਲਣੀ ਇਹਨੇ ਸ਼ੁਰੂ ਕਰ ਦਿੱਤੀ, ਫਿਰ ਉਹ ਤੋਂ ਬਾਅਦ ਵਿੱਚ ਇਹਨੇ ਕਿਹਾ ਕਿ ਦੇਖੋ ਜੀ ਇੱਦਾਂ ਇੱਦਾਂ ਕਰਕੇ, ਫਿਰ ਇਹਨੇ ਇੱਕ ਵੱਖਰਾ ਜਿਹੜਾ ਮੋਰਚਾ ਲਾਇਆ, ਕਾਫੀ ਸਾਰੇ ਨੌਜਵਾਨਾਂ ਨੂੰ ਹੋਰ ਆਪਣੇ ਵਰਗ ਨੂੰ ਉਹਨੇ ਜੋੜ ਲਿਆ, ਜੋੜਨ ਤੋਂ ਬਾਅਦ ਫਿਰ ਇਹਨੇ ਦਿੱਲੀ ਵਿੱਚ ਵੀ ਕਿਹਾ ਕਿ ਦੇਖੋ ਜੀ ਕਿਸਾਨ ਯੂਨੀਅਨ ਨਾਲ ਤੋਂ ਪਹਿਲਾਂ ਹੀ ਇਹ ਪਹੁੰਚ ਗਿਆ ਉੱਥੇ, ਵੀ ਮੈਂ ਇਹਨੂੰ ਸੀਗਾ ਵੀ ਸ਼ਾਇਦ ਨਿਰੰਕਾਰੀ ਵਾਲੇ ਗਰਾਊਂਡ ਦੇ ਵਿੱਚ ਗੱਲ ਬਣ ਜੂ, ਉੱਧਰ ਨੂੰ ਰੁੱਖ ਕਰ ਲਿਆ, ਜਦੋਂ ਉੱਥੇ ਨਹੀਂ ਗੱਲ ਬਣੀ ਫਿਰ ਇਹਨੇ ਜਿਹੜਾ ਆਪਾਂ ਕਿਹਾ ਕਿ ਮੈਂ ਇਹਨਾਂ ਨੂੰ ਲੀਡਰ ਹੀ ਨਹੀਂ ਮੰਨਦਾ, ਠੀਕ ਹੈ ਭਾਈ ਤੂੰ ਨਾ ਮੰਨ, ਤੈਨੂੰ ਵੀ ਕਿਹੜਾ ਕੋਈ ਮੰਨਦਾ ਹੈਗਾ, ਹੁਣ ਜਦੋਂ ਜਥੇਬੰਦੀਆਂ ਨੇ ਫੈਸਲਾ ਲੈ ਲਿਆ ਕਿ ਅਸੀਂ ਜਿਹੜਾ ਹੈਗਾ ਸੋਧਾ ਉੱਤੇ ਨੀ ਮੰਨਣਾ, ਇਹ ਸੋਧਾ ਕੁਛ ਵੀ ਨੀ ਹੈਗੀ, ਕਿਉਂਕਿ ਸੋਧਾ ਸਾਰਿਆਂ ਨੇ ਦੇਖ ਲਈਆਂ ਹੋਣੀਆਂ, ਆਨਲਾਈਨ ਹੈਗੀਆਂ ਨੇ, ਉਹ ਕਿੰਨਾ ਤਾਂ ਉਹਦੇ ਵਿੱਚ ਪ੍ਰਸਤਾਵਨਾ ਨਾਲ ਹੀ ਭਰੀ ਪਈ ਹੈ, ਤੇ ਬਾਕੀ ਉਹ ਪ੍ਰਸਤਾਵਨਾ ਵਿੱਚ ਗੋਣੇ ਗਾਏ ਹੋਏ ਨੇ ਵੀ ਅਸੀਂ ਕਾਨੂੰਨ ਕਾਨੂੰਨ ਕਿਵੇਂ ਲੈ ਕੇ ਆਉਂਦੇ ਸੀ, ਤੁਹਾਡੇ ਭਲੇ ਲੈ ਕੇ ਆਉਂਦੇ ਸੀ, ਸੋਧਾ ਇਹੋ ਜਿਹੀਆਂ ਸੋਧਾ ਨੇ ਜੇ ਹੋ ਵੀ ਜਾਣ ਨਾ ਤਾਂ ਕਾਨੂੰਨਾਂ ਦਾ ਜਿਹੜਾ ਜ਼ਾਲਮਾਨਾ ਪੱਖ ਹੈ, ਜਿਹੜਾ ਕਾਨੂੰਨਾਂ ਦਾ ਜਿਹੜਾ ਮਾਰੂ ਪੱਖ ਹੈ ਉਹ ਉਸੇ ਦੇ ਨਾਲ ਬਿਰਾਜਮਾਨ ਰਹੂਗਾ, ਤੇ ਇਹ ਬੰਦਾ ਕਹਿ ਰਿਹਾ ਕਿ ਤੁਸੀਂ ਨਾ ਹੁਣ ਜੀ ਏਦਾਂ ਕਰੋ ਕਿ ਘਰੇ ਚਲੇ ਜਾਓ, ਇੱਥੇ ਸਾਨੂੰ ਮੰਨ ਲੈਣਾ ਚਾਹੀਦਾ, ਕਿਉਂਕਿ ਇਹਦਾ ਕਾਰਨ ਇਹ ਹੈਗਾ ਕਿ ਹੁਣ ਫਿਰ ਅਸੀਂ ਦੁਬਾਰੇ ਉੱਠ ਕੇ ਘਰੋਂ ਆਵਾਂਗੇ, ਫਿਰ ਤਕੜੇ ਹੋ ਕੇ ਲੰਮੀ ਲੜਾਈ ਲੜਾਂਗੇ, ਹੁਣ ਸਾਨੂੰ ਨੀ ਪਤਾ ਕਿਹੜੀ ਲੰਮੀ ਲੜਾਈ ਦੀ ਗੱਲ ਕਰ ਰਿਹਾ, ਤੇ ਸਾਨੂੰ ਵੀ ਪਤਾ ਕਿ ਜਦੋਂ ਇਸ ਤਰ੍ਹਾਂ ਦੇ ਜਿਹੜੇ ਹੈਗੇ ਲੋਕਾਂ ਦੇ ਇਕੱਠ ਹੁੰਦੇ, ਬਾਰ ਬਾਰ ਕਦੇ ਸਲਾਮ ਨਹੀਂ ਹੁੰਦੇ, ਮੁੜ ਕੇ ਨੀ ਹੁੰਦੇ, ਇਹ ਕਹਿੰਦਾ ਕਿ ਇੱਕ ਵਾਰ ਤੁਸੀਂ ਘਰੇ ਚਲੇ ਜਾਓ ਫਿਰ ਦੇਖਾਂਗੇ, ਤੇ ਦੂਜੀ ਗੱਲ ਹੋਰ ਵੀ ਆਖੀ ਜਾਂਦਾ, ਇਹ ਕਹਿੰਦਾ ਕਿ ਦੇਖੋ ਜੀ ਇਹ ਤਾਂ ਸਟੇਜਾਂ ਨੇ ਜਿਹੜੀਆਂ, ਇਹ ਤਾਂ ਜੀ ਕਾਮਰੇਡਾਂ ਨੇ ਹਾਇਰ ਕਰ ਲਈਆਂ, ਫਲਾਨਾ ਕਰ ਲਈਆਂ ਇਹਦਾ ਦਾ, ਹੁਣ ਇਹੀ ਪ੍ਰਚਾਰ ਸੈਂਟਰ ਗੌਰਮੈਂਟ ਕਰਨ ਲੱਗੀ ਹੈ, ਕਿਉਂਕਿ ਪਹਿਲਾਂ ਸੈਂਟਰ ਗੌਰਮੈਂਟ ਖਾਲਿਸਤਾਨ ਵਾਲਾ ਨੈਰੇਟਿਵ ਚਲਾ ਰਹੀ ਸੀਗੀ, ਉਹ ਚੱਲਿਆ ਨੀ, ਉਹਨਾਂ ਨੂੰ ਲੱਗਿਆ ਕਿ ਇਹਦੇ ਵਿੱਚ ਫਾਇਦਾ ਵੀ ਨੀ ਹੈਗਾ, ਕਿਉਂਕਿ ਉਹਨਾਂ ਨੂੰ ਲੱਗਿਆ ਜੇ ਮਾਓਵਾਦੀਆਂ ਵਾਲਾ ਨੈਰੇਟਿਵ ਚਲਾਇਆ ਜਾਊਗਾ ਉਹਦੇ ਵਿੱਚ ਫਾਇਦਾ ਤਾਂ ਵਾ, ਕਿਉਂਕਿ ਉਹ ਇੱਕ ਛੋਟਾ ਵਰਗ ਹੈਗਾ ਵਾ, ਤੇ ਉਸ ਵਰਗ ਨੂੰ ਜਿਹੜਾ ਛੋਟੇ ਵਰਗ ਦੇ ਉੱਤੇ ਜੇ ਹਮਲਾ ਹੋਊਗਾ ਤਾਂ ਉਹਦੇ ਹੱਕ 'ਚ ਕੋਈ ਬੋਲਣ ਵਾਲਾ ਨੀ ਹੋਏਗਾ। ਹੁਣ ਤੁਸੀਂ ਦੇਖੋ ਕਿ ਜਿਹੜਾ ਨੈਰੇਟਿਵ ਸਟੇਜ ਚਲਾ ਰਹੀ ਹੈ ਉਹੀ ਨੈਰੇਟਿਵ ਦੀਪ ਸਿੱਧੂ ਚਲਾ ਰਿਹਾ, ਤੇ ਫਿਰ ਦੱਸੋ ਵੀ ਉਹਦੇ ਵਿੱਚ ਤੇ ਸਟੇਟ ਦੇ ਵਿੱਚ ਕੀ ਫਰਕ ਹੋ ਗਿਆ, ਕਿਉਂਕਿ ਉਹ ਯਾਰੀ ਗੁੱਜੀ ਰਹਿ ਗਈ ਕਿਤੇ ਨਹੀਂ ਰਹਿ ਗਈ, ਤੇ ਇਹ ਜਿਹੜਾ ਸਭ ਤੋਂ ਵੱਡੀ ਚੀਜ਼ ਹੈਗੀ ਇੱਥੋਂ ਇਹ ਬੰਦੇ ਐਕਸਪੋਜ ਹੁੰਦੇ। ਬਾਕੀ ਅੱਜ ਦੀ ਘੜੀ ਦੇ ਵਿੱਚ ਜਿਹੜਾ ਕੋਈ ਸਰਕਾਰ ਨਾਲ ਬੋਲੂ ਮਿਲਦੀ ਹੋਈ ਬੋਲੀ ਬੋਲੂਗਾ ਇਹੀ ਮੰਨਿਆ ਜਾਊਗਾ ਕਿ ਸਰਕਾਰ ਦਾ ਚ
ਇਹਦਾ ਮਤਲਬ ਸਿੱਧੇ ਤੌਰ ਤੇ ਉਹ ਸਰਕਾਰ ਦੀ ਜਾਂ ਸਥਾਪਤੀ ਦੇ ਹੱਕ ਚ ਬੋਲ ਰਿਹਾ ਵਾ, ਚਾਹੇ ਜਿੰਨਾ ਮਰਜ਼ੀ ਪਖੰਡ ਕਰ ਲੇ ਬੰਦਾ। जी ये बिल्कुल जिवें तुसीं गल कही है कि देखो तुहानू भी पता कि इहने कोई जिहड़ियां फिल्मां भी बणियां ने उह नौजवानी नूं जिवें जोरा दस नंबरिया लै लो उहदे च एक्टर आ फिर उहदा पार्ट बणिया होर बणिया आपां इह नहीं कहिंदे फिल्म दे विचों पैसा हरेक दा कमाउण नूं जी करदा सारा कुछ करदा। इहदे फादर बठिंडे च वकील सीगे, इत्थे बठिंडे दे विच साडे मंदर वाली गली वजदी है इत्थे पावर हाउस रोड ते उत्थे रहे ने, काफ़ी लोगों उन्हां बारे पता भी है। इन्हां दा पिंड उदय करना है मुक्तसर जिले दे विच, ठीक है जी। ये इन्हां दे जिहड़े चाचे ताए ने वो आपदे नां दे पिछे यूके लिखदे ने, भी उहदा भुलेखा पै जांदा भी यूके शायद इंग्लैंड होवे पर असल नां उदय करना है, मुक्तसर तो 2-2.5 किलोमीटर की दूरी ते है। पर चलो पिंड लोगों को पता लगना चाहिए, फिर इन्हें वकालत कितों की, वकालत करके रहा तो ज़्यादा सनी देओल नाल है, है जी। हुण बॉम्बे तुहानू भी पता है कि जे वकालत है फुल टाइम जॉब आ, पत्रकारिता जे ढंग दी करनी है तो फुल टाइम जॉब है। ये तो है नहीं भी तुसीं सवेरे आपका शौक पूरा करे शाम को पत्रकारिता कर ली, 2 घंटे च एक प्रोग्राम नहीं बनता हुंदा, ठीक है। सो ये भाई साहब रहे ने, फिर इत्थे आ गए, फिल्मां दे विच दा लग्या, बॉम्बे दा लग्या, नहीं लग्या, इत्थे किवें उतरे? सब तो वड्डी सवाल तो एक नवी नोट करन वाली गल है शविंदर जी, कई लोग किवें उतरे वेखण वाली गल है, संघर्ष। मैं बहुता किसान लीडरशिप के उत्ते विश्वास नहीं करता, ठीक है, पर एक चीज़ तो है कि जिहड़े बंदे 35-40 साल तो लगातार संघर्ष कर रहे ने वो इस मुद्दे के उत्ते उठे ने। कि तुसी देखो तुसी किसानां दे कोल जे विच जे तुसी आपदे लियाओ बंदे लियाओ आपदे यंगस्टर लियाओ तुसी आपदा खड़ा अड्ड ला लो, तुहानू किसे ने रोकिया? पकदी रोटी दे विच तुसी कहो कि आ रोटी उत्ते पक्की पई है, तवी दे उत्ते दो थल्ले मारते ते उहनू फलाता ते तुसी कहो कि मैं सारा कुछ करता, इह तां नहीं ना हो सकदा। बंदे आवे परखे जांदे हुंदे ने दानिया लिए सब के, मान लो के मैं कोई पोलिटिकल नारा दिंदा अज जी, सिंपल जी गल है, ਤੁਸੀਂ ਲੋਕਾਂ ਨੇ ਦੇਖਣਾ ਹੋ ਵੀ ਸ਼ਿਵਿੰਦਰ ਸਿੰਘ ਦਾ ਪਹਿਲਾਂ ਪੋਲੀਟੀਕਲ ਹਿਸਟਰੀ ਕੀ ਰਹੀ ਹੈ, ਪਹਿਲਾਂ ਕੀ ਕਰਦਾ ਰਿਹਾ, ਇਹ ਐਕਟਿਵ ਰਿਹਾ ਕਿ ਨਹੀਂ ਰਿਹਾ ਕਿਸੇ ਸੋਸ਼ਲ ਇਸ਼ੂ ਦੇ ਉੱਤੇ, ਇਹ ਬੰਦਾ ਕੁਛ ਕਰਦਾ ਰਿਹਾ? ਮੈਂ ਜਾ ਕੇ ਮੋਦੀ ਨੂੰ ਜੱਫੀਆਂ ਪਾਉਂਦਾ ਰਿਹਾ ਹਾਂ, ਬਾਦਲਕਿਆਂ ਨੂੰ ਜੱਫੀਆਂ ਪਾਉਂਦਾ ਰਿਹਾ ਹਾਂ, ਅਮਰਿੰਦਰ ਸਿੰਘ ਨੂੰ ਜੱਫੀਆਂ ਪਾਉਂਦਾ ਰਿਹਾ ਹਾਂ, ਤੇ ਅੱਜ ਮੈਂ ਕਹਾ ਵੀ ਮੈਂ ਸਮਾਜ ਬਦਲਣ ਆ ਗਿਆ ਜੀ। ਲੋਕਾਂ ਨੇ ਕਹਿਣਾ ਭਾਈ ਹਲੇ ਜਿਹੜੀਆਂ 2 ਮਹੀਨੇ ਪਹਿਲਾਂ ਜੱਫੀਆਂ ਪਾਈਆਂ ਉਹ ਤਾਂ ਹਲੇ ਕਮੀਜ਼ ਵੀ ਨੀ ਧੋਤੇ ਹੋਣੇ ਤੂੰ, ਹੈ ਤੇ ਤੂੰ ਹੁਣ ਆ ਕੇ ਜਿਹੜਾ ਸਮਾਜ ਬਦਲਣ ਦੀ ਗੱਲ ਕਰ ਰਿਹਾ, ਇਹ ਸਵਾਲ ਪੁੱਛੇ ਜਾਣਗੇ। ਇਹਦੇ ਤੋਂ ਵੀ ਪੁੱਛਿਆ ਜਾਊਗਾ ਵੀ ਜਦੋਂ ਜੇ ਤੂੰ ਇੰਨੀਆਂ ਹੁਣ ਵੱਡੀਆਂ ਗੱਲਾਂ ਕਰਨ ਲੱਗ ਗਿਆ, ਉਹ ਜਿਹੜੇ ਲੇਖਕ ਦੀਆਂ ਕਿਤਾਬਾਂ ਪੜ੍ਹ ਕੇ ਵੀ ਭਾਈ ਇਹ ਬਿੱਪਰਵਾਦੀ ਨੇ, ਫਲਾਨਾਵਾਦੀ ਨੇ, ਢੀਂਗੜਾਵਾਦੀ ਨੇ, ਵੀ ਉਦੋਂ ਇਹ ਸਾਰੀਆਂ ਗੱਲਾਂ ਕਿੱਥੇ ਚੱਲੀਆਂ ਗਈਆਂ ਸੀਗੀਆਂ? ਜਦੋਂ ਹਾਲੇ ਕੁਝ ਮਹੀਨੇ ਪਹਿਲਾਂ, ਹਾਲੇ ਸਾਲ ਵੀ ਨੀ ਹੋਇਆ, ਪੂਰਾ ਸਾਲ ਵੀ ਪੂਰਾ ਨੀ ਹੋਇਆ ਸਨੀ ਦਿਓਲ ਨੂੰ ਛੱਡੇ ਨੂੰ ਇਹਨੂੰ, ਤੇ ਜਿਹਦੇ ਨਾਲ ਤੂੰ ਮਤਲਬ ਇਸ ਤਰ੍ਹਾਂ ਦਾ ਬਣ ਗਿਆ। ਦੂਸਰੀ ਚੀਜ਼ ਹੈ ਕਿ ਤੇਰੀ ਆਪਣੀ ਹਿਸਟਰੀ ਕੀ ਹੈ? ਚੱਲ ਮੰਨ ਲਓ ਕਿ ਸਾਲ ਦਾ ਤੁਸੀਂ ਛੱਡ ਦਿੱਤਾ, ਤੇ ਕਿਸਾਨ ਸੰਘਰਸ਼ ਤੋਂ ਪਹਿਲਾਂ ਤੁਸੀਂ ਕਿਹੜਾ ਇਹੋ ਜਿਹਾ ਕੰਮ ਕੀਤਾ ਹੈਗਾ, ਕਿਹੜੀ ਇਹ ਜੀ ਜਿਹੜੀ ਗੱਲ ਕੀਤੀ ਹੈ ਗਰਾਊਂਡ ਉੱਤੇ ਜਿਹੜੀ ਤੁਹਾਨੂੰ ਦਿਖੇ ਸੱਚੀ ਮੁੱਚੀ ਤੁਸੀਂ ਹੈਗੇ? ਅੱਛਾ ਤੁਹਾਡੀ ਜਿਹੜੀ ਇਹੋ ਜਿਹੀ ਐਂਡ ਵਾਲਾ ਜੇ ਮੌਕੇ ਜਦੋਂ ਪੂਰਾ ਮਾਹੌਲ ਪੂਰਾ ਸਿਰੇ ਤੇ ਆ, ਇੱਕ ਨਾਜ਼ੁਕ ਮੋੜ ਤੇ ਆ, ਉਦੋਂ ਤੁਸੀਂ ਕਹਿ ਦਿਓ ਕਿ ਸੰਘਰਸ਼ ਤੇ ਆਪਣਾ ਵਾਪਸ ਲੈ ਲਓ, ਹੁਣ ਬਹੁਤ ਹੋ ਗਿਆ, ਹੁਣ ਆਪਾਂ ਨਾ ਹੁਣ ਜਿਹੜਾ ਹੈਗਾ ਸਾਨੂੰ ਬੰਦੇ ਮਰਾਉਣੇ ਨੀ ਚਾਹੀਦੇ ਹੈਗੇ। ਆਹ ਜਿਹੜੀਆਂ ਗੱਲਾਂ ਨਾ ਪਹਿਲਾਂ ਕਿਹਨੇ ਮਰਵਾਏ ਸੀ? ਪਹਿਲਾਂ ਮਰਵਿੰਦ ਮਰਵਾਉਣ ਦੀ ਗੱਲ ਕਿਹਨੇ ਕੀਤੀ ਸੀ? ਭੰਨ ਦਿਓ ਤੋੜ ਦਿਓ, ਹਾਂਜੀ ਤੱਤੇ ਨਾਰੇ ਕੌਣ ਲਾ ਰਿਹਾ ਸੀ ਪਹਿਲਾਂ? ਕਿਸਾਨਾਂ ਨੇ ਤਾਂ ਨੀ ਲਾਏ ਕਿਤੇ, ਕਿਸਾਨਾਂ ਨੇ ਤਾਂ ਤੱਤੇ ਨਾਰੇ ਨੀ ਲਾਏ ਹੈਗੇ, ਤੱਤੇ ਨਾਰੇ ਆਪ ਲਾ ਰਿਹਾ ਸੀਗਾ। ਸੋ ਇਸ ਕਰਕੇ ਨਾ ਅੱਜ ਦੇਖੋ ਮੇਰੀ ਤਾਂ ਸਿੱਧੀ ਇੱਕ ਪਛਾਣ ਦਾ ਇੱਕ ਢੰਗ ਇਹੀ ਹੁੰਦਾ ਜੇ ਆਪਾਂ ਦੇਖਣਾ ਹੋਵੇ ਵੀ ਮੌਜੂਦਾ ਸਮੇਂ ਜਿਹੜੇ ਬੰਦੇ ਦੀ ਬੋਲੀ ਸਰਕਾਰ ਨਾਲ ਮਿਲਦੀ ਹੈ ਉਹਦਾ ਕਿਤੇ ਨਾ ਕਿਤੇ ਸਰਕਾਰ ਨਾਲ ਕਨੈਕਸ਼ਨ ਹੈਗਾ। ਜਦੋਂ ਕੋਈ ਦੇਖੋ ਸਰਕਾਰ ਨੈਰੇਟਿਵ ਚਲਾ ਰਹੀ ਹੈ ਕਿ ਮਾਓਵਾਦੀ ਨੇ, ਇਹ ਬੰਦਾ ਵੀ ਕਹਿ ਰਿਹਾ ਦੇਖੋ ਜੀ ਕਾਮਰੇਡਾਂ ਨੇ ਸਟੇਜ ਉੱਤੇ ਆ ਗਏ ਹੈਗੇ ਨੇ, ਇਹ ਵੀ ਇਹ ਕਹਿ ਰਿਹਾ। ਫਿਰ ਇਹਦੇ ਤੇ ਕੋਈ ਬੀਜੇਪੀ ਚ ਕੀ ਫਰਕ ਹੋਇਆ? ਦੂਜੀ ਬੋਲੀ ਇਹ ਕਹਿ ਰਿਹਾ ਕਿ ਸਰਕਾਰ ਕਹਿੰਦੀ ਵੀ ਗੱਲਬਾਤ ਤੇ ਆ ਜਾਓ ਜੀ, ਤੁਸੀਂ ਹੁਣ ਗੱਲਬਾਤ ਕਰੋ ਤੇ ਇਹ ਗੱਲਬਾਤ ਕਰੋ ਸਾਡੇ ਮੁਤਾਬਕ। ਤੇ ਦੀਪ ਸਿੱਧੂ ਵੀ ਇਹੀ ਕਹਿ ਰਿਹਾ ਕਿ ਹੁਣ ਸਾਨੂੰ ਗੱਲਬਾਤ ਦਾ ਰਸਤਾ ਤਿਆਰ ਕਰ ਲੈਣਾ ਚਾਹੀਦਾ, ਅੰਦੋਲਨ ਵਾਪਸ ਲੈ ਲੈਣਾ ਚਾਹੀਦਾ। ਜਦੋਂ ਇੱਕ ਚਰਮ ਤੇ ਆ ਕੇ ਬੰਦਾ ਇਹ ਗੱਲਾਂ ਕਰੇ ਤੇ ਉਦੋਂ ਵਿੱਚ ਉਹਦੇ ਵਿੱਚ ਸਾਫ਼ ਹੈ ਕਿ ਗੱਲਾਂ ਇਹ ਤਾਂ ਹੁਣ ਗੁੱਜੀਆਂ ਗੱਲਾਂ ਰਹੀਆਂ ਨੀ, ਹਾਲੇ ਵੀ ਜੇ ਕਿਸੇ ਨੇ ਆਪਣੀ ਅੱਖਾਂ ਤੇ ਖੋਪੇ ਰੱਖਣੇ ਨੇ ਤਾਂ ਵੱਖਰੀ ਗੱਲ ਹੈਗੀ ਹੈ। ਨਾਲੇ ਸ਼ਿਵਿੰਦਰ ਜੀ ਇੱਕ ਬੜੀ ਇੰਟਰਸਟਿੰਗ ਚੀਜ਼ ਆ, ਕਿਉਂਕਿ ਸੰਘਰਸ਼ ਮੈਂ ਹੁਣੇ ਫੇਸਬੁੱਕ 'ਤੇ ਵੀ ਸ਼ੇਅਰ ਕੀਤਾ
ਕੀ ਪਗੜੀ ਸੰਭਾਲ ਜੱਟਾ ਕੋਈ ਇੱਕ ਦਿਨ ਨਹੀਂ ਚੱਲਿਆ ਸੀ, 9 ਮਹੀਨੇ ਚੱਲਿਆ ਸੀ, 9 ਮਹੀਨੇ ਚੱਲਿਆ ਸੀ ਬਿਲਕੁਲ। ਉਦੋਂ ਵੀ ਬ੍ਰਿਟਿਸ਼ ਸਰਕਾਰ ਇਸ ਗੱਲ ਤੋਂ ਤਾਸ਼ ਹੋ ਗਈ ਸੀ ਵੀ ਅਸੀਂ ਗੋਲੀਆਂ ਕਿਵੇਂ ਚਲਾਈਏ ਇਹਨਾਂ ਤੇ, ਉਹ ਤਾਂ ਬ੍ਰਿਟਿਸ਼ ਸਰਕਾਰ ਸੀ ਨਾ, ਬਿਲਕੁਲ, ਪੁੱਤ ਤਾਂ ਨਹੀਂ ਮਰਵਾਉਣੇ, ਬੰਦੇ ਤਾਂ ਨਹੀਂ ਮਰਵਾਉਣੇ, ਸੰਘਰਸ਼ ਜੰਗ ਜਿੱਤਣੀ ਹੈ, ਬਿਲਕੁਲ ਠੀਕ ਹੈ। ਅੱਜ ਜੇਕਰ ਗੱਲ ਕਰੋ, ਬੜਾ ਕੁਛ ਹੋ ਰਿਹਾ, ਬਹੁਤ ਕੁਛ ਹੋ ਰਿਹਾ ਉੱਥੇ, ਆਪਾਂ ਨੂੰ ਪਤਾ ਕਿ ਬੜੀਆਂ ਉੱਥੇ ਫੋਰਸਿਸ ਨੇ। ਤੁਹਾਨੂੰ ਸਭ ਤੋਂ ਵੱਡੀ ਗੱਲ ਅੱਜ ਮੈਂ ਕਹਿ ਰਿਹਾ ਮੰਚ ਦੇ ਉੱਤੋਂ ਕਹਿ ਰਿਹਾ, ਜਿਹੜੇ ਵੀਰ ਸੁਣ ਰਹੇ ਨੇ ਉਹ ਵੀ ਧਿਆਨ ਰੱਖਣ, ਠੀਕ ਹੈ, ਭਾਵਨਾ ਦੇ ਵਿੱਚ ਬਹਿ ਕੇ ਸਾਨੂੰ ਹੁਣੇ ਨੇ ਗਾਲਾਂ ਕੱਢਣ ਲੱਗ ਪਏ ਤੁਸੀਂ। ਇੱਕ ਬਹੁਤ ਵੱਡੀ ਚੀਜ਼ ਹੈ ਸ਼ਿਵਿੰਦਰ ਜੀ ਧਿਆਨ ਦੇਖਣ ਵਾਲੀ, ਕਿ ਸਿੱਖਾਂ ਦੀ ਲੀਡਰਸ਼ਿਪ ਭਾਰਤੀ ਸਟੇਟ ਨੂੰ ਮਾਫਕ ਨਹੀਂ ਹੈ, ਕਿਉਂਕਿ ਮੁੜ ਤੋਂ ਪੰਜਾਬ ਜਿਹੜਾ ਉਹ ਲੀਡਰ ਦੇ ਤੌਰ ਦੇ ਉੱਤੇ ਉੱਭਰ ਗਿਆ। ਜੇ ਭਾਰਤ ਨੇ ਆਪਣੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਦੇ ਲਈ ਮਜਬੂਰ ਕੀਤਾ ਸੀ ਤਾਂ ਉਹ ਤਾਂ ਕਹਿੰਦੇ ਸੀ ਵੀ ਤੁਹਾਨੂੰ ਕੀ ਤਕਲੀਫ ਹੈ। ਅੱਜ ਵੀ ਗੱਲ ਕਰੀਏ ਤਾਂ ਪੰਜਾਬ ਸਿਰਮੌਰ ਹੋ ਗਿਆ, ਪੰਜਾਬ ਨੇ ਭਾਰਤ ਨੂੰ ਇੱਕ ਨਵੀਂ ਰਾਹ ਦਿਖਾਤੀ। ਰਾਜਸਥਾਨ ਦੇ ਕਿਸਾਨ ਆ ਕੇ ਉੱਥੇ ਸ਼ਾਹਬਾਦ ਬਹਿ ਗਏ ਨੇ, ਉੱਥੇ ਕੀ ਕਹਿੰਦੇ ਆ ਗੜਗਾਓਂ ਦੇ ਕੋਲੇ ਆ ਕੇ ਬਹਿ ਗਏ ਨੇ, ਉਹਨਾਂ ਦੇ ਉੱਤੇ ਡਾਂਗਾ ਫੇਰੀਆਂ, ਉਹਨਾਂ ਨੂੰ ਖਦੇੜ ਦਿੱਤਾ ਗਿਆ, ਭਾਵੇਂ ਉਹ 20 ਸੀ 50 ਸੀ। ਗੱਲ ਤਾਂ ਮਸਲਾ ਇਹ ਕਿ ਹੂ ਇਜ਼ ਲੀਡਰ, ਪਰ ਲੀਡਰਾਂ ਦੇ ਵਿੱਚ ਗਦਾਰ ਵੀ ਬੜੇ ਹੁੰਦੇ ਨੇ। ਤੁਸੀਂ ਮੁਦਕੀ ਦੀ ਜੰਗ ਦੇਖੀ ਆ, ਮੁਦਕੀ ਦੀ ਜੰਗ ਦਾ ਇਤਿਹਾਸ ਪੜ੍ਹਿਆ ਹੋਣਾ ਤੁਸੀਂ ਜੀ ਸ਼ਵਿੰਦਰ ਜੀ। ਜੀ ਜੀ ਬਿਲਕੁਲ, ਦੇਖੋ ਇਹਦੇ ਵਿੱਚ ਹੁਣ ਚੀਜ਼ਾਂ ਇਹ ਹੈਗੀਆਂ ਕਿ ਸਰਕਾਰ ਨੂੰ ਨਾ ਤਾਰ ਪੀੜ ਕਰਨ ਲਈ ਬਹੁਤ ਸਾਰੀਆਂ ਸਾਜ਼ਿਸ਼ਾਂ ਰਚ ਰਹੀ ਆ, ਉਹਨੂੰ ਸਮਝਣ ਦੀ ਲੋੜ ਆ। ਇਹਦੇ ਵਿੱਚ ਕੁਝ ਲੋਕ ਤਾਂ ਬਿਲਕੁਲ ਏਦਾਂ ਆਪਦਾ ਵਿਵਹਾਰ ਕਰ ਰਹੇ ਨੇ ਜਿਹਨਾਂ 'ਚ ਕੋਈ ਦੋ ਰਾਏ ਨਹੀਂ, ਦੀਪ ਸਿੱਧੂ ਵਰਗੀ ਕੈਟਾਗਰੀ ਹੋ ਗਈ ਜਾਂ ਹੋਰ ਹੋ ਗਈ, ਕੁਝ ਲੋਕ ਜਿਹੜੇ ਨਾ ਸਮਝ ਵੀ ਨੇ ਉਹਨਾਂ ਨੂੰ ਇਹ ਵੀ ਨੀ ਪਤਾ ਕਿ ਉਹਨਾਂ ਦੀ ਜਿਹੜੀ ਮੂੰਹ 'ਚੋਂ ਕਹੀ ਹੋਈ ਗੱਲ ਉਹ ਜਾਂਦੀ ਕਿੱਧਰ ਨੂੰ ਆ। ਮਸਲਨ ਮੈਂ ਉਹਦੀਆਂ ਕੁਛ ਧਾਰਨਾ ਹੁਣ ਤੁਹਾਨੂੰ ਨਾਲ ਸਾਂਝੀਆਂ ਕਰਾਂਗਾ। ਪਿਛਲੇ ਸਮੇਂ ਦੇ ਵਿੱਚ, ਪਿਛਲੇ ਦਿਨਾਂ ਦੇ ਵਿੱਚ ਹੋਇਆ ਸੀ ਕਿ ਇੱਕ ਸਾਡੇ ਜਿਹੜਾ ਹੈਗਾ ਨਾ, ਕਈ ਸਾਰੀਆਂ ਘਟਨਾਵਾਂ ਹੋਈਆਂ, ਮਨੁੱਖੀ ਅਧਿਕਾਰ ਦਿਵਸ ਸੀ, ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ, ਉਹਦੇ ਉੱਤੇ ਇੱਕ ਧਿਰ ਨੇ, ਉਗਰਾਹਾਂ ਧਿਰ ਨੇ ਜਿਹੜੀ ਇੱਕ ਸਟੇਜ ਆਪਣੀ ਸਟੇਜ ਉੱਤੋਂ, ਜਿਹੜੇ ਬੰਦੇ ਮੋਦੀ ਦੇ ਸਮੇਂ ਦੇ ਵਿੱਚ ਜੇਲ੍ਹਾਂ 'ਚ ਗਏ, ਡੱਕੇ ਹੋਏ ਨੇ ਝੂਠੇ ਕੇਸਾਂ ਦੇ ਮਾਮਲੇ ਵਿੱਚ, UAPA ਲਗਾ ਕੇ ਉਹਨਾਂ ਦੇ ਹੱਕ ਦੇ ਵਿੱਚ ਸਾਰਾ ਨਾਰਾ ਮਾਰਿਆ, ਉਸ ਧਿਰ ਦੇ ਕੋਲੋਂ ਇਹ ਗਲਤੀ ਰਹਿ ਗਈ ਕਿ ਉਹਦੀ ਆਪਣੀ ਵਿਚਾਰਾਤਮਕ, ਭਾਵੇਂ ਕੋਈ ਦਲੀਲਾਂ ਕੁਛ ਹੋਰ ਦੇ ਰਹੀ ਹੈ, ਮੈਂ ਉਹ ਵੀ ਦੱਸੂਗਾ ਕੀ ਦੇ ਰਹੀ ਹੈ। ਉਹਨਾਂ ਕੋਲੋਂ ਇਹ ਰਹਿ ਗਈ ਕਿ ਜੇ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨੀ ਸੀ ਤਾਂ ਜਿਹੜੇ ਪੰਜਾਬ ਦੇ ਵਿੱਚ ਨਾਲ ਸੰਬੰਧਿਤ ਲੋਕ ਨੇ, ਸਿੱਖ ਲੋਕ ਨੇ, ਉਹਨਾਂ ਦੇ ਵੀ ਜਿਹੜੇ ਜੇਲ੍ਹਾਂ 'ਚ ਨੇ, ਉਹਨਾਂ ਦੇ ਹੱਕ 'ਚ ਵੀ ਤੁਸੀਂ ਇੱਕ ਪੋਸਟਰ ਲਾ ਦਿੰਦੇ ਬਈ, ਲਾ ਦਿੰਦੇ, ਪਰ ਉਹਨਾਂ ਦਾ ਕਹਿਣਾ ਸੀ ਵੀ ਅਸੀਂ ਜਿਹੜਾ ਉਦੇਸ਼ ਇਹ ਰੱਖਿਆ ਸੀਗਾ, ਉਹ ਇਹ ਰੱਖਿਆ ਸੀਗਾ ਕਿ ਦੇਖੋ ਜੀ ਵੀ ਜਿਹੜੇ ਮਤਲਬ ਮੋਦੀ ਹਕੂਮਤ ਦੇ ਸਮੇਂ, ਕਿਉਂਕਿ ਉਹਨਾਂ ਬੰਦੇ ਨੂੰ ਅਸੀਂ ਟਾਰਗੇਟ ਕੀਤਾ ਜਿਹੜੇ ਕਾਰਪੋਰੇਟ ਜਗਤ ਨੂੰ ਨੰਗਾ ਕਰਦੇ ਆਏ ਨੇ, ਉਹਨਾਂ ਵਿਰੁੱਧ ਲਿਖਦੇ ਰਹੇ ਨੇ, ਉਹ ਠੀਕ ਆ ਉਹਨਾਂ ਦੀ ਗੱਲ, ਕਿਉਂਕਿ ਸੁਧਾ ਭਾਰਦਵਾਜ ਵਗੈਰਾ ਨੇ, ਗੌਤਮ ਨਵਲੱਖੇ ਨੇ ਬਹੁਤ ਸਾਰੇ ਆਰਟੀਕਲ ਲਿਖੇ ਨੇ ਜਿਹੜੇ ਨਿਰੋਲ ਕਾਰਪੋਰੇਟ ਜਗਤ ਨੂੰ ਨੰਗਾ ਕਰਦੇ ਸੀ। ਪਰ ਮੇਰਾ ਮੰਨਣਾ ਕਿ ਜਦੋਂ ਮਨੁੱਖੀ ਅਧਿਕਾਰਾਂ ਦਾ ਦਿਵਸ ਆ ਨਾ, ਉੱਥੇ ਹਰ ਤਰ੍ਹਾਂ ਨਾਲ, ਚਾਹੇ ਅੱਗੇ ਅਗਲਾ ਪਿਛਲਾ ਗੁਨਾਹ ਹੋਇਆ ਹੋਵੇ, ਅਗਲਾ ਪਿਛਲਾ ਸਟੇਟ ਨੇ ਜ਼ੁਲਮ ਕੀਤਾ ਹੋਵੇ, ਉਹਨਾਂ ਬੰਦਿਆਂ ਦੀ ਵੀ ਫੋਟੋ ਲਾਉਣਾ ਚਾਹੀਦੀ। ਇਸ ਦੇ ਵਿੱਚ ਸਿੱਖ ਕੈਦੀ ਨੇ, ਪੰਜਾਬ ਦੇ ਵਿੱਚ ਇੱਕ ਦਲਿਤ ਲੀਡਰ ਨੇ, ਇਸੇ ਤਰ੍ਹਾਂ ਮੁਸਲਿਮ ਲੀਡਰ, ਮੁਸਲਿਮ ਲੋਕ ਹੈਗੇ ਨੇ ਜਿਹੜੇ ਕਿ ਜੇਲ੍ਹਾਂ 'ਚ, ਸਾਰਿਆਂ ਲਈ ਇੱਕ ਹੋਵੇ। ਅੱਛਾ ਇਹਦੇ ਵਿੱਚ ਪ੍ਰੋਬਲਮ ਕੀ ਆਈ ਹੈ, ਕਿਸਾਨ ਜਥੇਬੰਦੀਆਂ ਦਾ ਇੱਕ, ਜਿਹੜੀਆਂ 32 ਕਿਸਾਨ ਜਥੇਬੰਦੀਆਂ, ਉਹਨਾਂ ਨੇ ਕਿਹਾ ਕਿ ਨਹੀਂ ਜੀ ਸਾਡਾ ਉਗਰਾਹਾਂ ਵਾਲੀ ਧਿਰ ਦਲ ਨੇ ਜਿਹੜਾ ਕੰਮ ਕੀਤਾ ਉਹਨਾਂ ਨਾਲ ਕੋਈ ਲੇਖਾ ਦੇਖਾ ਨਹੀਂ। ਮੈਨੂੰ ਇਹ 'ਚ ਗੜਬੜ ਲੱਗੀ, ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਦੇਖੋ ਜਦੋਂ ਲੰਮੇ ਸੰਘਰਸ਼ ਚੱਲਦੇ ਹੁੰਦੇ ਨਾ, ਆਪਾਂ ਕਈ ਸਾਰੇ ਦਿਨ ਇਕੱਠੇ ਮਨਾਉਣੇ ਹੁੰਦੇ ਆ, ਜਿਵੇਂ ਤੁਸੀਂ ਦੇਖੋ ਗੁਰਪੁਰਬ ਹੈ, ਉਹ ਸਾਰੀਆਂ ਆਪਣੀਆਂ ਜਥੇਬੰਦੀਆਂ ਨੇ ਮਨਾਇਆ ਰਲ ਕੇ। ਐਸ ਜੀ ਫਿਰ ਸਿੱਖਾਂ ਨੇ ਇਕੱਲਿਆਂ ਨੇ ਨਹੀਂ ਮਨਾਇਆ, ਉਹਦੇ ਵਿੱਚ ਨੌਨ ਸਿੱਖਾਂ ਨੇ ਵੀ ਮਨਾਇਆ, ਤੇ ਗੁਰੂ ਨਾਨਕ ਸਾਹਿਬ ਨੂੰ ਕਿਸਾਨੀ ਦਾ ਸਿੰਬਲ ਮੰਨ ਕੇ ਮਨਾਇਆ ਗਿਆ, ਠੀਕ ਹੈ। ਇਹੀ ਸੰਘਰਸ਼ਾਂ ਦਾ ਇੱਕ ਖੂਬਸੂਰਤੀ ਹੁੰਦੀ ਹੈਗੀ ਆ। ਹੁਣ ਜਦੋਂ ਜਮਹੂਰੀ ਅਧਿਕਾਰਾਂ ਦੀ ਗੱਲ ਆ, ਜਿਹੜੀਆਂ ਪਹਿਲੀ ਗੱਲ ਤੇ ਹੈ ਕਿ ਜਿਹੜੀਆਂ 32 ਜਥੇਬੰਦੀਆਂ ਅਲੱਗ ਨੇ, ਉਹਨਾਂ ਜਥੇਬੰਦੀਆਂ ਨੇ ਵੀ ਨਾ ਆਪਣੇ ਚਾਰਟਰ ਦੇ ਵਿੱਚ ਨੂੰ ਸ਼ਾਮਿਲ ਕੀਤਾ ਹੋਇਆ ਜਮਹੂਰੀ ਅਧਿਕਾਰਾਂ ਦੇ ਮੁੱਦੇ ਨੂੰ। ਸਗੋਂ ਮੈਨੂੰ ਤਾਂ ਇਹ ਲੱਗਦਾ ਵੀ ਉਹਨਾਂ ਨੂੰ ਸਗੋਂ ਜਿਹੜੀ ਉਗਰਾਹਾਂ ਵਾਲੀ ਧਿਰ ਵੱਲੋਂ ਗਲਤੀ ਹੋਈ ਆ ਉਹਨੂੰ ਪੂਰੇ ਕਰਕੇ ਸਹੀ ਕਰਦੇ ਹੋਏ ਉਹਨਾਂ ਨੂੰ ਇਹ ਕੰਮ ਕਰਨਾ ਚਾਹੀਦਾ ਸੀਗਾ ਵੀ ਉਹ ਇੱਕ ਪੰਜਾਬ ਵਾਲੇ ਦੀ ਵੀ ਲਾ ਕੇ ਤੇ ਦੂਜਿਆਂ ਦੀ ਵੀ ਲਾ ਕੇ ਇਹ ਕੰਮ ਕਰਦੇ ਵੀ ਅਸੀਂ ਭਾਈ ਜਮਹੂਰੀ ਅਧਿਕਾਰਾਂ ਉੱਤੇ ਪਹਿਰਾ ਦੇ ਰਹੇ ਹੈਗੇ ਆ, ਦੇਣਾ ਹੈਗਾ। ਤੇ ਦੂਜੀ ਗੱਲ, ਜਿਵੇਂ ਹੁਣ ਉਹ 32 ਵਾਲੀ ਧਿਰ ਕਹਿ ਰਹੀ ਹੈ ਕਿ ਨਹੀਂ ਇਹ ਮਸਲਾ ਜੀ ਸਾਡੇ ਨਿਰੋਲ ਕਿਸਾਨੀ ਮੁੱਦੇ ਤੇ ਗੱਲ ਹੋਵੇ, ਹੋਵੇ, ਪਰ ਜੇ ਤੁਹਾਡੇ ਚਾਰਟਰ ਵਿੱਚ ਸ਼ਾਮਿਲ ਹੈ ਬਾਈ, ਤਾਂ ਪਹਿਲੀ ਗੱਲ ਤਾਂ ਇਹ ਕਿ ਕਿਸਾਨਾਂ ਦਾ ਆਪਣਾ ਜਿਹੜਾ ਜਮਹੂਰੀ ਅਧਿਕਾਰ ਹੈ ਉਹ ਸਟੇਟ ਖੋ ਰਹੀ ਹੈ। ਮਤਲਬ ਜਮਹੂਰੀ ਦਿਵਸ ਨੂੰ ਅਸੀਂ ਇਸ ਤਰ੍ਹਾਂ ਵੀ ਮਨਾ ਸਕਦੇ ਹਾਂ ਕਿ ਜਿਹੜੇ ਕਿਸਾਨਾਂ ਦਾ ਆਪਣਾ ਇੱਕ ਪ੍ਰੋਟੈਸਟ ਕਰਨ ਵਾਲਾ, ਜਿਹੜਾ ਆਪਣੇ ਜਿਹੜਾ ਆਪਣੀ ਖੇਤੀ ਉੱਤੇ ਆਪਣੇ ਅਧਿਕਾਰ ਵਾਲੀ ਗੱਲ ਹੈ,
ਉਹ ਸਟੇਟ ਖੋ ਰਹੀ ਹੈ ਜਮਹੂਰੀਅਤ ਘਰਾਂ ਚ ਨਹੀਂ ਆਉਂਦਾ ਇਹ ਵੀ ਆਉਂਦਾ ਜਮਹੂਰੀਅਤ ਘਰਾਂ ਦੇ ਵਿੱਚ ਇਸ ਐਂਗਲ ਤੋਂ ਵੀ ਇਹਨੂੰ ਬਣਾਇਆ ਜਾ ਸਕਦਾ ਸੀ ਅੱਛਾ ਹੁਣ ਹੋਇਆ ਕੀ ਇਦੋਂ ਬਾਅਦ ਵਿੱਚ ਇਦੋਂ ਬਾਅਦ ਵਿੱਚ ਸਰਕਾਰ ਨੇ ਆਪਣਾ ਦਫੇਰ ਵਾਲਾ ਕੰਮ ਸ਼ੁਰੂ ਕਰ ਦਿੱਤਾ ਗਰਾਹਾਂ ਵਾਲੀ ਧਿਰ ਤੋਂ ਹੋ ਗਈ ਗਲਤੀ ਕਿ ਉਹਨੇ ਸਿੱਖ ਕੈਦੀਆਂ ਦੀ ਫੋਟੋ ਨਹੀਂ ਲਾਈ ਤੇ ਬਹੁਤ ਸਾਰੇ ਖਾਲਿਸਤਾਨੀ ਜਾਂ ਸਿੱਖ ਸੋਚ ਵਾਲੇ ਬੰਦੇ ਕਹਿਣ ਲੱਗ ਗਏ ਮੈਂ ਦੋਹੇ ਸ਼ਬਦ ਵਰਤ ਰਿਹਾ ਬਹੁਤ ਸੁਚੇਤ ਹੋ ਗਏ ਖਾਲਿਸਤਾਨੀ ਅਤੇ ਸਿੱਖ ਸੋਚ ਵਾਲੇ ਕਿਉਂਕਿ ਸਾਰੇ ਸਿੱਖ ਖਾਲਿਸਤਾਨੀ ਨਹੀਂ ਹੈਗੇ ਉਹ ਕਹਿਣ ਲੱਗ ਗਏ ਕਿ ਦੇਖੋ ਜੀ ਇਹਨਾਂ ਨੇ ਆਪਣੇ ਕਾਮਰੇਡ ਲੀਡਰਾਂ ਦੀਆਂ ਫੋਟੋਆਂ ਲਾ ਲਈਆਂ ਫਲਾਨਾ ਲਾ ਤੀਆਂ ਢੀਂਗਰਾ ਲਾ ਲਿਆ ਐਂ ਕਰ ਲਿਆ ਇਹ ਬੋਲੀ ਬਿਲਕੁਲ ਸਟੇਟ ਵਾਲੀ ਬੋਲੀ ਹੈ ਕਿਉਂਕਿ ਸਟੇਟ ਵੀ ਇਹ ਕਹਿ ਰਹੀ ਹੈ ਗੌਤਮ ਨਗਰ ਅੱਛੇ ਦੀ ਫੋਟੋ ਕਿਉਂ ਲਾਈ ਆ ਉਮਰ ਖਾਲਦ ਦੀ ਕਿਉਂ ਲਾਈ ਆ ਬਈ ਜੇ ਅਸੀਂ ਸਿੱਖੀ ਦੀ ਸਟੇਟ ਦੀ ਗੱਲ ਕਰਨੀ ਹੈ ਨਾ ਤੇ ਸਿੱਖੀ ਉਹ ਹੈਗੀ ਹੈ ਜਿਹੜੀ ਕਿ ਸਿੱਖੀ ਗੁਰੂ ਅਰਜਨ ਸਾਹਿਬ ਦੀ ਹੈ ਦੂਜਿਆਂ ਲਈ ਕੁਰਬਾਨੀ ਕਿਵੇਂ ਕਰਨੀ ਹੈ ਗੁਰੂ ਤੇਗ ਬਹਾਦਰ ਦੀ ਹੈ ਕਿਸੇ ਦੇ ਜਮਹੂਰੀਅਤ ਘਰਾਂ ਦੀ ਰੱਖਿਆ ਕਰਨ ਲਈ ਆਪਣਾ ਸਿਰ ਕਿਵੇਂ ਜਿਹੜਾ ਕਲਮ ਕਰਾਉਣਾ ਵਾ ਬਲੀਦਾਨ ਕਿਵੇਂ ਦੇਣਾ ਤੇ ਇਹ ਸਿੱਖੀ ਗਦਰੀ ਬਾਬਿਆਂ ਵਾਲੀ ਵੀ ਹੈ ਜਿਹੜੇ ਕਿ ਇੱਕੋ ਸਮੇਂ ਸਿੱਖ ਵੀ ਸੀ ਤੇ ਸੋਸ਼ਲਿਸਟ ਵੀ ਸੀਗੇ ਉਹਨਾਂ ਨੇ ਜਾ ਕੇ ਉਹਨਾਂ ਨੇ ਆਪਣੇ ਪੰਜਾਬੀਆਂ ਦੀ ਤਾਂ ਗੱਲ ਕੀਤੀ ਆ ਪਰ ਨਾਲ ਦੀ ਨਾਲ ਉਹਨਾਂ ਦੇ ਉੱਥੇ ਜਾ ਕੇ ਜਦੋਂ ਤੁਸੀਂ ਉਹਨਾਂ ਦੀਆਂ ਲਿਖਤਾਂ ਪੜ੍ਹੋ ਤਾਂ ਉਹਨਾਂ ਨੇ ਬੰਗਾਲ ਦੇ ਵਿੱਚ ਜਿਹੜੇ ਯੋਧੇ ਉਹਨਾਂ ਦੀ ਵੀ ਗੱਲ ਕੀਤੀ ਆ ਉਹਨਾਂ ਨੇ ਜਿਹੜੇ ਹੈਗੇ ਆ ਸਾਊਥ ਦੇ ਯੋਧਿਆਂ ਦੀ ਕੀਤੀ ਆ ਹੋਰ ਤਾਂ ਹੋਰ ਜੇ ਉਹ ਕੈਨੇਡਾ ਅਮਰੀਕਾ ਵਿੱਚ ਵੀ ਰਹਿਣ ਲੱਗ ਗਏ ਨਾ ਤੇ ਕੁਝ ਪੱਕੇ ਤੌਰ ਤੇ ਉਹਨਾਂ ਨੇ ਉੱਥੇ ਉਹਨਾਂ ਮੁਲਕਾਂ ਦੇ ਜਿਹੜੇ ਜਮਹੂਰੀਅਤ ਘਰਾਂ ਦਾ ਬੁਰਾ ਹਾਲ ਸੀ ਉਹਨਾਂ ਲਈ ਵੀ ਫਾਈਟ ਲੜੀ ਆ ਜੇ ਬਹੁਤਿਆਂ ਨੂੰ ਭਾਰਤੀਆਂ ਨੂੰ ਵੋਟਾਂ ਦਾ ਅਧਿਕਾਰ ਮਿਲਿਆ ਨਾ ਉੱਥੇ ਤੇ ਉਹਦੇ ਵਿੱਚ ਗਦਰੀ ਬਾਬਿਆਂ ਦਾ ਵੀ ਹੱਕ ਰਿਹਾ ਹੈ ਰੋਲ ਹੈ ਇੱਕ ਬਹੁਤ ਵੱਡਾ ਤੇ ਗਦਰੀ ਬਾਬੇ ਉਹ ਧਰਤੀ ਤੇ ਜਾ ਕੇ ਲੜਾਈ ਲੜਦੇ ਆ ਤੇ ਅਸੀਂ ਕਹਿ ਰਹੇ ਹਾਂ ਕਿ ਸਾਡੇ ਉਹ ਕੀ ਲੱਗਦੇ ਨੇ ਮੈਂ ਖੁਦ ਕਹਿਣਾ ਕਿ ਸੁਧਾ ਭਾਰਦਵਾਜ ਗੌਤਮ ਨਵਲੱਖਾ ਸਾਡੇ ਬਿਲਕੁਲ ਲੱਗਦੇ ਨੇ ਮੈਂ ਹੁਣ ਦੱਸਦਾ ਕਿਵੇਂ ਲੱਗਦੇ ਨੇ ਜਦੋਂ 84 ਦਾ ਕਤਲੇਆਮ ਹੋਇਆ ਸੀ ਨਾ 84 ਦੇ ਕਤਲੇਆਮ ਦੇ ਦੌਰਾਨ ਇੱਕ ਕਿਤਾਬਚਾ ਨਿਕਲਿਆ ਸੀਗਾ ਬਹੁਤ ਸਾਰੇ ਜਮਹੂਰੀਅਤ ਘਰਾਂ ਦੇ ਜਥੇਬੰਦੀਆਂ ਦੀ ਮਦਦ ਨਾਲ ਨਿਕਲਿਆ ਸੀ ਉਹਨਾਂ ਨੂੰ ਦੋਸ਼ੀ ਕੌਣ ਛੋਟਾ ਜਿਹਾ ਕਿਤਾਬਚਾ ਸੀਗਾ ਉਸ ਕਿਤਾਬ ਉੱਤੇ ਉਸ ਸਮੇਂ ਦੀ ਗਵਰਨਮੈਂਟ ਨੇ ਕਾਂਗਰਸੀ ਸਰਕਾਰ ਨੇ ਰੋਕ ਲਾ ਦਿੱਤੀ ਸੀਗੀ ਤੇ ਸੈਡੀਸ਼ਨ ਦੇ ਮਾਮਲੇ ਲਾ ਦਿੱਤੇ ਸੀਗੇ ਉਹ ਦੋਸ਼ੀ ਕੌਣ ਕਿਤਾਬਚਾ ਕੱਢਣ ਵਿੱਚ ਬਹੁਤ ਵੱਡਾ ਯੋਗਦਾਨ ਗੌਤਮ ਨਵਲੱਖੇ ਦਾ ਰਿਹਾ ਜਿਹਦੇ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਸੀ ਕਿ ਉੱਥੇ ਕਾਂਗਰਸ ਪਾਰਟੀ ਦੇ ਮਿਲੀ ਭੁਗਤ ਨਾਲ ਕਿਵੇਂ ਇਹ ਦੰਗੇ ਹੋਏ ਹੈਗੇ ਨੇ ਕਤਲੇਆਮ ਹੋਇਆ ਹੈਗਾ ਤੇ ਇਹਦੇ ਵਿੱਚ ਉਹਨੇ RSS ਵੱਲ ਵੀ ਇਸ਼ਾਰਾ ਕੀਤਾ ਸੀਗਾ ਤੇ ਇਹ ਉਹ ਲੋਕ ਨੇ ਸੁਧਾ ਭਾਰਦਵਾਜ ਗੌਤਮ ਨਵਲੱਖਾ ਜਿਹਨਾਂ ਦਾ ਕੋਈ ਧਰਮ ਨਹੀਂ ਹੈਗਾ ਜਿਹੜੇ ਜਮਹੂਰੀਅਤ ਘਰਾਂ ਲਈ ਲੜਦੇ ਨੇ ਉਹ ਚਾਹੇ ਫਿਰ ਹਿੰਦੂਆਂ ਤੇ ਆ ਜਾਏ ਮੁਸਲਮਾਨਾਂ ਤੇ ਆ ਜਾਏ ਜਦੋਂ ਅਸੀਂ ਸਿੱਖ ਹੋ ਕੇ ਕਹਿੰਦੇ ਹਾਂ ਕਿ ਸਾਡੇ ਕੁਛ ਨਹੀਂ ਲੱਗਦੇ ਤਾਂ ਮਾਫ ਕਰਨਾ ਤੁਸੀਂ ਬੀਜੇਪੀ ਦੇ ਬਣਾਏ ਹੋਏ ਜਾਲ ਵਿੱਚ ਹੀ ਫਸ ਰਹੇ ਹੋ। ਬਿਲਕੁਲ ਤੁਹਾਡੀ ਗੱਲ ਮੈਨੂੰ ਕਿਤੇ ਨਾ ਕਿਤੇ ਬੜੀ ਵਧੀਆ ਨਜ਼ਰ ਆਉਂਦੀ ਹੈ ਪਰ ਹੈਰਾਨੀ ਦੀ ਗੱਲ ਇਹ ਵੀ ਹੈ ਹੁਣ ਗੱਲ ਇੱਕ ਹੋਰ ਨੁਕਸਾਨ ਦੀ ਕਰੀਏ ਨੁਕਸਾਨ ਕੌਣ ਕਰਨਗੇ ਦੇਖੋ ਗੋਦੀ ਮੀਡੀਆ ਤਾਂ ਕਰ ਹੀ ਰਿਹਾ ਪਰ ਕੁਛ ਪੇਜ ਨੇ ਜਿਹੜੇ ਤੁਸੀਂ ਹੈਰਾਨ ਹੋਵੋਗੇ ਕਿ ਮੈਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਜਦੋਂ ਇਹ ਬਿੱਲ ਪਾਸ ਹੋਣੇ ਸੀ ਉਦੋਂ ਦੋ ਸਿੰਗਰਾਂ ਦੀ ਲੜਾਈ ਵੇਲੇ ਪੇਜ ਕਿੰਨੇ ਸਾਹਮਣੇ ਆਏ ਬੜਾ ਕੁਛ ਸਾਹਮਣੇ ਆਉਂਦਾ ਇਹ ਕਿਹੜਾ ਇੱਥੇ ਕਹਿੰਦੇ ਲਾਇਸੈਂਸ ਲੈਣਾ ਪੇਜ ਬਣਾਉਣ ਦੇ ਲਈ ਨਾ ਪੜ੍ਹਾਈ ਦੀ ਲੋੜ ਹੈ ਪੱਤਰਕਾਰ ਬਣ ਜਾਓ ਮਾਈਕ ਹੱਥ 'ਚ ਫੜੋ ਤੁਸੀਂ ਪੱਤਰਕਾਰ ਹੋ ਤੁਹਾਨੂੰ ਸਵਾਲ ਨਹੀਂ ਕਰਨਾ ਆਉਂਦਾ ਤੁਹਾਨੂੰ ਇਹ ਨਹੀਂ ਪਤਾ ਵੀ ਤੁਸੀਂ ਪੱਤਰਕਾਰ ਦੇ ਤੌਰ 'ਤੇ ਸਵਾਲ ਪੁੱਛ ਰਹੇ ਹੋ ਜਾਂ ਧਿਰ ਦੇ ਤੌਰ 'ਤੇ ਸਵਾਲ ਪੁੱਛ ਰਹੇ ਹੋ ਆਪਣੇ ਆਪ ਤੁਸੀਂ ਧਿਰ ਵੀ ਬਣ ਜਾਂਦੇ ਹੋ ਪੱਤਰਕਾਰ ਵੀ ਬਣ ਜਾਂਦੇ ਤੇ ਉਸੇ ਗੱਲ ਦਾ ਤੁਸੀਂ ਜਵਾਬ ਵੀ ਦੇ ਰਹੇ ਹੁੰਦੇ ਹੋ ਪੱਤਰਕਾਰਤਾ ਦਾ ਮਸਲਾ ਦੇਖੋ ਇੱਕ ਚੀਜ਼ ਹੁੰਦੀ ਹੈ ਪੱਤਰਕਾਰ ਹੈ ਪੱਤਰਕਾਰ ਬੜੇ ਐਂਗਲ ਬਦਲਦਾ ਪਰ ਤੁਸੀਂ ਦਿਹਾੜੀ ਦੇ ਵਿੱਚ ਇੱਕ ਬੰਦੇ ਦੀਆਂ ਚਾਰ ਚਾਰ ਗੱਲਾਂ ਪਾਓ ਵੀ ਇਹ ਬੰਦੇ ਵਿਕ ਰਿਹਾ ਅੱਜ ਮੈਂ ਪੰਜਾਬੀ 'ਚ ਕਹਿੰਦਾ ਹੁੰਦਾ ਕਿ ਬੰਦਾ ਵਿਕ ਰਿਹਾ ਕਿ ਉਹਦੀ ਉਹ ਬੰਦੇ ਨੂੰ ਸੁਣ ਰਹੇ ਨੇ ਭਖਵੀਆਂ ਗੱਲਾਂ ਕਰਦਾ ਹੋਰ ਕਰਦਾ ਹੁਣ ਸਾਨੂੰ ਇੱਕ ਬੜਾ ਇਹਦੇ ਵਿੱਚ ਕਰਨਾ ਪਏਗਾ ਕਿ ਅਸਲ ਪੱਤਰਕਾਰ ਪੇਜ ਪੱਤਰਕਾਰ ਅਤੇ ਗੋਦੀ ਮੀਡੀਆ ਇਹ ਵੀ ਇੱਕ ਨੁਕਸਾਨ ਜਿਹੜਾ ਕੌਣ ਕਰ ਰਿਹਾ ਇਸ ਸੰਘਰਸ਼ ਦਾ ਦੇਖੋ ਪਹਿਲਾਂ ਤਾਂ ਮੈਂ ਗੱਲ ਇਹਨੂੰ ਇੱਥੋਂ ਸ਼ੁਰੂ ਕਰਾਂਗਾ ਅੱਜ ਕੱਲ੍ਹ ਦਾਨਿਆਲੀ ਸਾਹਿਬ ਮੇਰੀ ਇਹ ਹਾਲਤ ਹੈ ਜੇ ਮੈਂ ਕਾਫੀ ਚਿਰ ਬਾਅਦ ਆਪਦੇ ਪਿੰਡ ਜਾਵਾਂ ਨਾ ਤੇ ਕੋਈ ਪਿੰਡ ਦਾ ਬਜ਼ੁਰਗ ਪੁੱਛ ਲੈ ਕਿ ਕਾਕਾ ਤੂੰ ਕੀ ਕੰਮ ਕਰਦਾ ਮੈਨੂੰ ਇਹ ਕਹਿੰਦੇ ਹੋਏ ਸ਼ਰਮ ਆਉਂਦੀ ਹੁੰਦੀ ਮੈਂ ਪੱਤਰਕਾਰ ਉਹਦਾ ਕਾਰਨ ਹੈ ਮੈਂ ਉਹਨਾਂ ਨੂੰ ਕਹਿ ਦਿੰਦਾ ਵੀ ਮੈਂ ਤਾਂ ਪੱਤਰਕਾਰ ਹਾਂ ਚੰਗਾ ਕਾਕਾ ਤੂੰ ਤਾਂ ਕਿਤੇ ਦਿਖਦਾ ਦੁਖਦਾ ਨਹੀਂ ਆ ਆਪਣਾ ਬਿੱਟੂ ਆ ਜਿਹੜਾ ਇਹ ਤਾਂ ਬਹੁਤ ਜਗ੍ਹਾ ਦਿਖਦਾ ਹੁਣ ਉਹ ਬਿੱਟੂ ਕੌਣ ਹੈ ਉਹ ਬਿੱਟੂ ਪੜਿਆ ਵੀ ਵਿਚਾਰਾ ਅੱਠਵੀਂ ਨਹੀਂ ਹੈਗਾ ਪੜਿਆ ਉਹ ਮਤਲਬ ਬਲੈਕਮੇਲ ਕਰਕੇ ਚਾਰ ਪੈਸੇ ਵੀ ਕਮਾਉਂਦਾ ਤੇ ਅਖਬਾਰ ਨੂੰ ਵੀ ਖਵਾਉਂਦਾ ਹੈਗਾ ਤੇ ਮੈਂ ਸੋਚਦਾ ਕਿ ਜੇ ਮੇਰੀ ਤੁਲਨਾ ਇਹਦੇ ਨਾਲ ਹੀ ਹੋਣੀ ਹੈ ਤਾਂ ਮੈਂ ਛੱਡੋ ਪਰਾਂ ਵੀ ਮੈਂ ਪੱਤਰਕਾਰ ਨਹੀਂ ਹੈਗਾ ਫਿਰ ਕਹਿ ਦਈਦਾ ਵੀ ਭੈਣ ਜੀ ਇੱਦਾਂ ਹੀ ਜਾ ਕੇ ਨਾ ਪੜਾਉਣਾ ਪੜੂਣਾ ਹੈਗਾ ਇਹ ਕੰਮ ਕਰਦਾ ਹੈਗਾ ਕਿਉਂਕਿ ਮੇਰੇ ਜੇ ਮੈਂ ਅੰਗਰੇਜ਼ੀ 'ਚ ਲਿਖਦਾ ਤਾਂ ਉਹ ਤਾਂ ਉਹਨਾਂ ਬਜ਼ੁਰਗ ਨਹੀਂ ਪੜ੍ਹ ਸਕਦੇ ਪੰਜਾਬੀ ਅਖਬਾਰਾਂ ਦੇ ਵਿੱਚ ਕੋਲਮ ਲਿਖਦਾ ਉਹ ਨਹੀਂ ਪੜ੍ਹ ਸਕਦੇ ਹੈਗੇ ਤੇ ਫਿਰ ਭਾਈ ਠੀਕ ਆ ਮੈਂ ਨਹੀਂ ਹੈਗਾ ਪੱਤਰਕਾਰ ਤੇ ਮੈਂ ਆਪਾਂ ਕਹਿ ਦਿੰਦਾ ਜੀ ਅਸੀਂ ਕੋਈ ਕੰਮ ਹੀ ਹੋਰ ਕਰਦੇ ਹਾਂ ਮੈਂ ਬਿੱਟੂ ਵਰਗਾ ਤਾਂ ਬਿਲਕੁਲ ਪੱਤਰਕਾਰ ਨਹੀਂ ਸੱਚੀ ਮੁੱਚੀ ਜੇ ਤੁਹਾਡੇ ਮੂਹਰੇ ਬਿੱਟੂ ਰੋਲ ਮਾਡਲ ਮੈਂ ਨਾਂ ਲੈ ਰਿਹਾ ਵੈਸੇ ਕੋਈ ਸਹੀ ਨਾਂ ਨਹੀਂ ਬਿੱਟੂ ਮੈਂ ਕਾਲਪਨਿਕ ਨਾਂ ਲੈ ਕੇ ਚੱਲਦੇ ਰੈਫਰੈਂਸ ਨੇਮ ਹੈ
नंगा है इसलिए असि ऑल्टरनेट मीडिया वाल ध्यान दईए जा फिर डिजिटल मीडिया वाल ध्यान दईए ऑल्टरनेट जो डिजिटल असि वरते भी ओद बदलवा मीडिया फेसबुक वेबसाइट होर मन लग जाने पत्रकार सी रेडियो ते आ गए तुहाडियां कदरां कीमतां तां उही रहणगियां ना जिहड़ियां पाओगे चंगियां जां माड़ियां जिहड़ियां भी ने हुण जिहड़े बंदे टीवी वाला गंद सुपांदे सी हुण डिजिटल मीडिया उत्ते भी आ गए ने हुण जी एक उदाहरण एक पत्रकार थोड़े चिर का कहने लगा कि मैं देखो जी डिजिटल मीडिया के लैके आया बहुत वधिया प्रचार करांगे गोदी मीडिया नूं नंगा करांगे पर जदों देखिया काम ओहदा भी भाई गोदी मीडिया वाला ही सीगा उदां ही फटाफट आला चक दू फटे धर चक नूं धर दू कहण दा मतलब कि जिहड़ा थोड़ा करैक्टर है काम करन दा एक स्टाइल है माध्यम बदल नाल इह जे माध्यम बदल गया ना मतलब इह नहीं कि थोड़े जिहड़े हैगे तुसीं बहुत शुद्ध हो गए थोड़ा जिहड़ा पत्रकारी दे विच कार विहार है ना उहदी बहुत अहमियत है मसलन के जिम्मे असि कहने हुने कि लोगों नाल जुड़ी हुई पत्रकारी हुंदी है जिहड़ी जे कोई बंदा कहे कि देखो जी मैं एक रीजनल लैंग्वेज दे विच अखबार कढ लिया ते हुण मैं लोगों नाल ही जुड़ी गल करूंगा जरूरी नहीं कि उस लैंग्वेज कट के उस लैंग्वेज दे विच लोगों दी वधिया गल करे ना ओह वड्डे वड्डे घराणियां दे हक विच भी गल करदा हो सकदा हैगा क्योंकि तुहानूं याद है कि पंजाबी पत्रकारी विच जदों इक पहला अखबार निकलिया सी नौ तां उहदा बड़ा धार्मिक नौ सीगा दरबार साहिब श्री अमृतसर है ते ओह सारा हिंदू अमृतसर तो निकलना हों फोटो भी अमृतसर की लगी होंगी सी उदो हों मैं सन शायद गलती कर सकता हूं पर बीने का गेट सीगा सारा देखने तो यह लगता होंगे कि अखबार तो बहुत वधिया अखबार होएगा बई इदा पर सारा आर्य समाजी सोच वाला सीगा जिहदे विच सिख गुरुआं नूं भी भंडदा हुंदा सीगा जिहदे विच ओह मतलब एक तरह नाल कहिंदे कि भाईचारक बखेड़ा खड़ा करदा हुंदा सी इत्थों कहिण दा मतलब यह हैगा कि कोई अखबार उस लैंग्वेज निकल के जां फिर जिहदे विच असीं कहिंदे कि ऑल्टरनेट माध्यम ते आ के ही ओह ऑल्टरनेट नहीं बन जांदा ओहदा सही पत्रकारी उहदी की है उहदी कारगुजारी दिखनी जरूरी है इसे तरह हुण जिहड़ा इक तां गोदी मीडिया हैगा ही है जिहदे ते कारपोरेट घराणे पैसे ला रहे ने इक आही तुहाडे वल्लों दस्सिया होया कि जिवें आह सोशल मीडिया ते पेज बनाउण वाले आ गए इहनां नूं तां वैसे वैसे ही पत्रकारी दा ऊड़ा ऐड़ा नहीं आउंदा हैगा बार्डर ते बैठे जी ए मैं वेख रहा सीगा कि ये देखो जी सोशल मीडिया स्टार ने मैं बड़ा हैरान सीगा यार इन्हां दा योगदान की है फिर वो एक होर हैगा आ भिखी कोल दा उहनूं भी सद लो किहड़ा माड़ा जिहड़ा जेल ला के आया लुधियाने तो पेज चलता मालक ना हुणे गल करके मैं भरा मेरे यार तेरे स्टाफ नूं एक गल तां कह दे वी धीआं भैणां दीआं गालां तां ना तुहाडे इहदे पेज ते उत्ते कढाओ एको सीधा तुहाडा कह रहा जी आ बने अज तुसीं देखिया होना कि एक जवाक जिहदी इंटरव्यू पाती उन्होंने वह मावां भैणां दीआं गालां कढी जांदा गंदियां उत्ते यार मैं कहा स्टैंडर्ड रह गए यार घट्टो घट्ट आपके बंदे नूं चलो तू तो बंदा वड्डा तू आपके घट्टो घट्ट हेठले स्टाफ नूं तां कह दे यार मैं कहा जदों लोक हेठां गालां लिखदे आ तां गालां तां तेरे धीआं बच्चां नूं ही जाणगियां सही, सही। यार इन्ना कु तां सोच लो हुण ए लोक कल नूं आके कहण जी असीं धरने मुजारे जी साडी तां बड़ी फॉलोइंग आ सानूं तां बड़े लोक जाणदे ने असीं तां बड़े लीडर हैं साडे तां गल कही दे उत्ते लख व्यू हो जांदा ओह भाई तमाशा देखण वाला मैं फिर हुण सीधी गल कहना आ जिहड़ियां एक्सरेटेड फिल्मां बणदियां इहदियां सीडियां तां बई जी सारा टब्बर जे कई पुरानी कहावत है कि माड़ा नावल होवे कहिंदे हरेक बंदा एक एक लैंदा चंगे अखबार होवे तां इक बंदा इक सारा टब्बर इक लैंदा अपने एकदम ही यूट्यूब चैनल या वेब टीवी शुरू कर ले
ਕਿਹਾ ਕਿ ਦੇਖੋ ਤੁਹਾਨੂੰ ਅਸੀਂ ਪਲ ਪਲ ਦੀ ਖਬਰ ਦਿੰਦੇ ਹਾਂ ਜੀ ਫਲਾਨਾ ਹੋ ਗਿਆ ਉਹ ਲੈਦੇ ਕਿ ਕੋਈ ਉਹਨਾਂ ਨੇ ਦੇਖੋ ਕਈ ਸਟੋਰੀਆਂ ਕੀਤੀਆਂ ਜਾ ਸਕਦੀਆਂ ਸੀਗੀਆਂ ਜੋ ਕਿ ਜਿਵੇਂ ਮੰਨ ਲਓ ਕਿ ਕਿਸਾਨ ਜਥੇਬੰਦੀਆਂ ਨੇ ਬੱਤੀ ਕੋਈ ਬੰਦਾ ਇਸ ਐਂਗਲ ਤੋਂ ਕਰ ਸਕਦਾ ਸੀਗਾ ਕਿ ਇਹ ਬੱਤੀ ਕਿਸਾਨ ਜਥੇਬੰਦੀਆਂ ਦਾ ਅੱਡਾ ਪਿੱਛਾ ਕੀ ਰਿਹਾ ਇਤਿਹਾਸ ਕੀ ਰਿਹਾ ਚਾਹੀਦਾ ਹੀ ਇਹੀ ਹੈ ਵੇਖੋ ਅਸਲ ਦੇ ਵਿੱਚ ਚਾਹੀਦਾ ਹੀ ਇਹੀ ਚੀਜ਼ ਆ ਵੀ ਕਿਹੜੀਆਂ ਜਥੇਬੰਦੀਆਂ ਉਹਨਾਂ ਦਾ ਐਂਗਲ ਕੀ ਹੈ ਕਿਹੜੇ ਨੇ ਕਿਹਦਾ ਨਾਂ ਹੈ ਇਹਨਾਂ ਦਾ ਐਟੀਟਿਊਡ ਕੀ ਹੈ ਪਿਛਲਾ ਇਤਿਹਾਸ ਕੀ ਹੈ ਮੈਂ ਇਹਦੇ ਬਾਰੇ ਇੱਕ ਸਟੋਰੀ ਨਾ ਨਿਊਜ਼ ਕਲਿੱਪ ਚ ਕੀਤੀ ਸੀ ਜਦੋਂ ਇਹ ਆਪਣਾ ਐਜੂਕੇਸ਼ਨ ਸ਼ੁਰੂ ਹੋਈ ਸੀ ਨਾ ਜੂਨ ਚ ਕੀਤੀ ਸੀਗੀ ਉਹ ਸਾਰਾ ਇਸੇ ਬਾਰੇ ਸੀਗੀ ਵੀ ਇਹ ਜਥੇਬੰਦੀਆਂ ਹੈ ਕੀ ਨੇ ਇਹ ਕਿੱਥੋਂ ਆਈਆਂ ਵੀ ਇਹਨਾਂ ਦਾ ਇਹਨਾਂ ਦਾ ਏਰੀਆ ਕਿਹੜਾ ਮੰਨ ਲਓ ਕਿ ਰਾਜੇਵਾਲ ਦਾ ਏਰੀਆ ਲੁਧਿਆਣੇ ਜ਼ਿਲ੍ਹੇ ਚ ਕਿੱਥੇ ਤੱਕ ਹੈਗਾ ਫਿਰ ਉਗਰਾਹਾਂ ਦਾ ਜਿਹੜਾ ਮਾਲਵੇ ਚ ਕੀ ਹੈ ਇਹ ਆ ਤੇ ਇਹ ਕੀ ਕਰਦੇ ਨੇ ਇਹ ਕਰਦੇ ਨੇ ਲਓ ਜੀ ਹੁਣ ਤੁਹਾਡੇ ਨਾਲ ਮੂਹਰੇ ਦੀਪ ਸਿੱਧੂ ਪੇਸ਼ ਕੀਤਾ ਜਾਂਦਾ ਹੁਣ ਤੁਹਾਡੇ ਮੂਹਰੇ ਲੱਖਾ ਸਧਾਣਾ ਪੇਸ਼ ਕੀਤਾ ਜਾਂਦਾ ਲਓ ਜੀ ਫਲਾਣਾ ਆ ਗਿਆ ਜੀ ਆਪਣਾ ਫਲਾਣਾ ਗਾਇਕ ਆ ਗਿਆ ਬੱਬੂ ਮਾਨ ਆ ਗਿਆ ਉਹਦੀ ਇੰਟਰਵਿਊ ਵੀ ਬੱਬੂ ਮਾਨ ਕੀ ਕਹਿੰਦਾ ਇਹਦਾ ਸਾਡੀ ਜਿਹੜੀ ਹੈਗੀ ਕਿਸਾਨੀ ਸੰਘਰਸ਼ ਦੇ ਨਾਲ ਕੀ ਲੈਣਾ ਦੇਣਾ ਹੋਇਆ ਉਹ ਆਊਗਾ ਉਹ ਤਾਂ ਆਪਣੇ ਬੱਲੇ ਬੱਲੇ ਕਰਾਉਣ ਲਈ ਆਇਆ ਸਿੱਧੂ ਮੂਸੇ ਵਾਲਾ ਆ ਗਿਆ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਗਰਕ ਕੀਤਾ ਹੋਇਆ ਹੁਣ ਤੁਸੀਂ ਇਹਦਾ ਮਤਲਬ ਤੁਸੀਂ ਉਹੀ ਸੈਕਸ਼ਨ ਨੂੰ ਖਿੱਚਣਾ ਚਾਹੁੰਦੇ ਹੋ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇੱਕ ਆਪਣੇ ਆਪ ਦੇ ਵਿੱਚ ਨਾ ਸ਼ਵਿੰਦਰ ਜੀ ਸਾਨੂੰ ਠੀਕ ਹੈ ਸਾਨੂੰ ਵੀ ਸਵੇਰ ਤੇ ਦੇਖਿਓ ਤੁਹਾਨੂੰ ਗਾਲਾਂ ਪੈਂਦੀਆਂ ਆਪਾਂ ਨੂੰ ਧਰ ਕੇ ਬਹਿਣੀ ਹੈ ਬੇਫਿਕਰੋ ਤੁਸੀਂ ਬਿਲਕੁਲ ਠੀਕ ਹੈ ਉਹ ਤਾਂ ਹੈ ਹੀ ਆ ਉਹ ਤਾਂ ਕਿਉਂਕਿ ਇਹ ਤਾਂ ਇੱਕ ਤਰ੍ਹਾਂ ਦੀ ਉਹੀ ਟ੍ਰੋਲ ਹੋਈ ਹੋਈ ਹੈ ਨਾ ਜਿਹੜੀ ਸਾਰੀ ਭੀੜ ਜਮ੍ਹਾਂ ਹੋਈ ਹੋਈ ਹੈ ਉਹ ਮਤਲਬ ਇਹ ਤਾਂ ਚਾਹੇ ਜੇ ਮੰਨ ਲਓ ਕਿ ਤੁਸੀਂ ਸ਼ੁਕਰ ਕਰੋ ਤੁਸੀਂ ਤੇ ਮੈਂ ਮਰਦ ਹਾਂ ਜੇ ਅਸੀਂ ਔਰਤ ਦੇ ਰੂਪ ਚ ਹੁੰਦੇ ਤਾਂ ਸਾਨੂੰ ਹੋਰ ਵੀ ਗੰਦੀਆਂ ਗਾਲਾਂ ਕਿਉਂਕਿ ਜਿਹੜੀਆਂ ਔਰਤ ਜਰਨਲਿਸਟ ਨੇ ਨਾ ਉਹਨਾਂ ਨੂੰ ਇਹ ਲੋਕ ਹੋਰ ਵੀ ਭੈੜੀਆਂ ਗਾਲਾਂ ਕੱਢਦੇ ਹੈਗੇ ਇਹਨਾਂ ਦਾ ਕੰਮ ਹੀ ਇਹ ਹੈਗਾ ਵਾ ਮਤਲਬ ਉੱਥੇ ਹਾਲਤ ਇਦੋਂ ਵੀ ਭੈੜੀ ਹੈਗੀ ਹੈ ਨਾਲੇ ਫੋਟੋ ਨੀ ਸਹੀ ਲਾਉਂਦੇ ਆਪਦੀ ਇਹ ਵੀ ਇੱਕ ਹੈਰਾਨੀ ਵਾਲੀ ਗੱਲ ਹੈ ਬਿਲਕੁਲ ਤੁਸੀਂ ਯੂਟਿਊਬ ਚੈਨਲ ਵਾਲੇ ਨੂੰ ਫੜ ਲਿਆ ਕਹਿੰਦੇ ਜਿਹੜੇ ਭਗਤ ਲੋਕ ਨੇ ਨਾ ਉਹਨਾਂ ਦਾ ਕੰਮ ਫਿਰ ਇਹੀ ਹੋਊਗਾ ਵੀ ਦਾਨੇ ਵਾਲੀਆਂ ਨੂੰ ਫੇਸਬੁੱਕ ਤੇ ਵੀ 100 ਗਾਲਾਂ ਕੱਢਣੀਆਂ ਤੇ 100 ਨੂੰ ਯੂਟਿਊਬ ਤੇ ਕੱਢ ਲਓ 100 ਕਿਸੇ ਹੋਰ ਪਲੇਟਫਾਰਮ ਤੇ ਕੱਢ ਲਓ ਆ ਮਤਲਬ ਇੱਕ ਨਵੀਂ ਕਿਸਮ ਦਾ ਨਾ ਪੱਤਰਕਾਰੀ ਦੇ ਵਿੱਚ ਵੀ ਹੁਣ ਮੈਂ ਤਾਂ ਇਹਨੂੰ ਪੱਤਰਕਾਰੀ ਸ਼ੁਰੂ ਕਹਿੰਦਾ ਇਹਦਾ ਹੈ ਹੀ ਨਹੀਂ ਪੱਤਰਕਾਰ ਤਾਂ ਦੇਖੋ ਮੈਂ ਵੀ ਅੱਗੇ ਕਹਿੰਦਾ ਰਿਹਾ ਕਿ ਮਾਈਕ ਫੜਨਾ ਭਰਾਵੋ ਪੱਤਰਕਾਰ ਨਹੀਂ ਹੈਗਾ ਮਾਈਕ ਫੜ ਕੇ ਉਹ ਲਲਿਤ ਪਾਂਡੇ ਆ ਮੁੰਡਾ ਆਪਣੇ ਸਾਡੇ ਡੇ ਐਂਡ ਨਾਈਟ 'ਚ ਕੈਮਰਾਮੈਨ ਸੀ ਠੀਕ ਹੈ ਜੀ ਹੁਣ ਦੇਖੋ ਕੈਮਰਾਮੈਨ ਉਹ ਤਾਂ ਵੀਡੀਓ ਜਰਨਲਿਸਟ ਤਾਂ ਹੈਗਾ ਨਾ ਜੀ ਉਹਨੂੰ ਪਤਾ ਮੈਂ ਕੈਮਰੇ ਦੀ ਅੱਖ 'ਚ ਕੀ ਲੈਣਾ ਉਹ ਵੀ ਕਹਿੰਦਾ ਜੀ ਕਹਿੰਦਾ ਅੱਜ ਗਿਆ ਦੇਖੋ ਲਲਿਤ ਪਾਂਡੇ ਯੂਪੀ ਦਾ ਬੰਦਾ ਪੰਜਾਬੀ ਬੋਲਦਾ ਪੰਜਾਬੀ 'ਚ ਲਿਖਦਾ ਐਂਡ ਉਹਨੂੰ ਪੰਜਾਬ ਦੇ ਲਈ ਦਰਦ ਹੈ ਪਰ ਉਹ ਉਹਨੇ ਵੀ ਇਹ ਗੱਲ ਕਹੀ ਕਹਿੰਦਾ ਜੀ ਘੱਟੋ ਘੱਟਾ 4-5 ਬੰਦਿਆਂ ਦੀ ਕਹਿੰਦਾ 19 ਕੌਣ ਕਰੂਗਾ ਕਹਿੰਦਾ ਜਿਹੜੇ ਕਹਿੰਦਾ ਵੀ ਆਹ ਵਿੱਚ ਉਹਨਾਂ ਨੇ ਮੈਨੂੰ ਲਿਖ ਕੇ ਭੇਜਿਆ ਜੀ ਕਹਿੰਦਾ ਆਹ ਬੰਦੇ ਦੇਖੋ ਹੁਣ ਮੈਂ ਹੈਰਾਨ ਦੀ ਗੱਲ ਹੈ ਤੁਸੀਂ ਜਿਹੜੇ ਬੰਦੇ ਕੀ ਕਹਿੰਦੇ ਖਬਰ TRP ਕ੍ਰੀਏਟ ਕਰਨ ਦੇ ਲਈ ਕਿਵੇਂ ਕੀਤਾ ਜਾਂਦਾ ਜਿਹੜੇ ਬੰਦੇ ਦੇਖੋ ਹੁਣ ਹਿਸਾਰ ਤੋਂ ਬਹਾਦਰਗੜ੍ਹ ਹੋ ਕੇ ਆਉਂਦੇ ਤੁਹਾਨੂੰ ਉੱਥੇ ਯਾਦ ਹੋਊਗਾ ਕਿ ਵੱਡੇ ਵੱਡੇ ਸਿੰਘਾਂ ਵਾਲੀਆਂ ਗਾਈਆਂ ਉੱਥੇ ਹੈਗੀਆਂ ਨੇ ਠੀਕ ਆ ਉਹ ਹੁੰਦੀ ਵੀ 400-500 ਗਾਂ ਮੈਂ ਫੋਟੋ ਮੈਂ ਲੱਭ ਰਿਹਾ ਸੀ ਅੱਜ ਵੀ ਮੈਂ ਪੁਰਾਣੀ ਪਾ ਦਿਆਂ ਹੁਣ ਜੇ ਉਹਨੂੰ ਕਹਿ ਦਈਏ ਕਿ ਇਹ ਬੰਦੇ ਤਾਂ ਦਿੱਲੀ ਵੱਲ ਨੂੰ ਲੈ ਕੇ ਤੁਰ ਪਏ ਪਰ ਇੱਕ ਚੀਜ਼ ਦੱਸੋ ਕੀ ਇਹ ਸੰਘਰਸ਼ ਨੂੰ ਕਮਜ਼ੋਰ ਨਹੀਂ ਕਰੂਗਾ ਜੇ ਹਰਿਆਣੇ ਦੇ ਆਪਾਂ ਪੰਜਾਬ ਦੇ 12 ਗਾਈਆਂ ਲੈ ਕੇ ਹਰਿਆਣੇ ਵਿੱਚ ਦੀ ਲੰਘਾਂ ਕਿ ਹਰਿਆਣੇ ਦਾ ਪਸੰਦ ਤਾਂ ਪਹਿਲਾਂ ਕਹੂਗਾ ਕਿ ਯਾਰ ਤੁਸੀਂ ਮੇਰੇ ਖੇਤਾਂ 'ਚ ਛੱਡੋਗੇ ਇਹਨਾਂ ਨੂੰ ਅਤੇ ਸਾਡੀ ਦੁਸ਼ਮਣੀ ਪੈ ਗਈ ਇਹ ਗੱਲ ਦੱਸੋ ਬਿਲਕੁਲ ਨਹੀਂ 12 ਗਾਈਆਂ ਦਿੱਲੀ ਛੱਡਣ ਗਈਆਂ ਤੁਸੀਂ ਟਰਾਲੀਆਂ 'ਚ ਪਾ ਕੇ ਲਿਜਾਓਗੇ ਜਾਊਗੀ ਤਾਂ ਕਿਸਾਨ ਦੇ ਖੇਤ 'ਚ ਕਿਸਾਨ ਤੁਹਾਡੇ ਸੰਘਰਸ਼ ਦੇ ਸਾਥੀ ਬਣੇ ਤੁਸੀਂ ਸਾਡੇ ਖੇਤਾਂ ਦਾ ਉਜਾੜਾ ਕਰਦੇ ਹੋ ਉਹ ਭਰਾਵੋ ਨਾ ਲਾਓ ਇਹੋ ਜਿਹੀ ਖਬਰ ਨੂੰ ਸਰਕਾਰ ਚਾਹੁੰਦੀ ਵੀ ਹੈ ਐਂਡ ਇਹ ਵੀ ਗੱਲ ਹੈ ਕਿ ਤੁਸੀਂ ਵੀ ਸਿਆਣੇ ਹੋ ਤੁਸੀਂ ਆ ਮੈਂ ਵੀ ਪੱਤਰਕਾਰ ਹਾਂ ਹੋਰ ਵੀ ਅਸੀਂ ਤਾਂ ਕੀ ਕਹਿੰਦੇ ਚੰਦਾ ਮੰਗ ਮੰਗ ਕੇ ਕੀ ਕਹਿੰਦੇ ਗੁਜ਼ਾਰਾ ਕਰਦੇ ਵੀ ਚੱਲ ਭਾਈ ਆ 4 ਬੰਦੇ 4 ਉੱਥੇ ਲਾ ਗਏ ਹੋਰ ਲੱਗੇ ਆਪਣੇ ਕੋਲ ਕਿਹੜੀਆਂ ਐਡਾਂ ਨੇ ਇਹਦੇ ਬਾਰੇ ਤਾਂ ਇਹ ਹੈ ਕਿ ਜਿਹਨਾਂ ਤੱਕ ਨਾ ਲੋਕ ਨੀ ਸੁਚੇਤ ਹੁੰਦੇ ਦਾਨੇ ਵਾਲੀ ਸਰ ਕਿ ਉਹਨਾਂ ਨੂੰ ਜੇ ਤਾਂ ਉਹਨਾਂ ਨੇ ਦੇਖੋ ਆਹੀ ਫ੍ਰੀ ਦਾ ਹੀ ਡਾਂਸ ਦੋ ਤਰ੍ਹਾਂ ਦੇ ਗੀਤ ਸੰਗੀਤ ਵੀ ਹੁੰਦਾ ਇੱਕ ਤਾਂ ਉਹੀ ਹੁੰਦਾ ਚੱਕ ਦੂ ਧਰ ਦੂ ਵਾਲਾ ਇੱਕ ਹੁੰਦਾ ਰੂਹ ਨੂੰ ਸਕੂਨ ਦੇਣ ਵਾਲਾ ਇਹ ਹੁਣ ਲੋਕਾਂ ਨੇ ਫੈਸਲਾ ਕਰਨਾ ਕਿ ਉਹਨਾਂ ਨੇ ਜਿਹੜਾ ਸੰਗੀਤ ਹੈ ਉਹ ਰੂਹ ਨੂੰ ਸਕੂਨ ਦੇਣ ਵਾਲਾ ਸੁਣਨਾ ਜਾਂ ਆਹੀ ਜਿਹੜਾ ਹਲਾ 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 ਤੇ ਹਲਾ ਹਲਾ ਦੀ ਉਮਰ ਇੰਨੀ ਕੀ ਹੁੰਦੀ ਉਹ ਤੋਂ ਬਾਅਦ ਵਿੱਚ ਉਹ ਬੰਦੇ ਆਪ ਹੀ ਫਰਸਟ੍ਰੇਸ਼ਨ ਦੇ ਤਾਂ ਸ਼ਿਕਾਰ ਹੋਣਗੇ ਜਿਹਨਾਂ ਨੇ ਇਹੋ ਜਿਹਾ ਮਿਊਜ਼ਿਕ ਸੁਣਨਾ ਇਹੀ ਹਾਲ ਪੱਤਰਕਾਰੀ ਦਾ ਜੇ ਇਹਨਾਂ ਨੇ ਆਹੀ ਸੁਣਨੀ ਹੈ
ਤਾਂ ਬਈ ਉਹ ਇੱਕ ਤਰ੍ਹਾਂ ਦੇ ਆਉਣ ਵਾਲੇ ਸਮੇਂ ਵਿੱਚ ਖੁਦ ਵੀ ਭਵਿੱਖ ਦੇ ਬੋਨਸਾਈ ਵਾਇਰਸ ਬਣਨਗੇ। ਬੋਨਸਾਈ ਵਾਇਰਸ ਤੋਂ ਮਤਲਬ ਹੈ ਜਪਾਨ ਦੀ ਉਹ ਵਿਧੀ ਹੈ ਜਿਹੜੀ ਵੱਡੇ ਪੌਦਿਆਂ ਨੂੰ ਗਮਲਿਆਂ ਦੇ ਵਿੱਚ ਤਬਦੀਲ ਕਰਦੀ ਹੈ, ਉਹਨੂੰ ਜਗ੍ਹਾ 'ਚ ਹੀ ਰੱਖ ਦਿੰਦੀ ਹੈ, ਉਹ ਅੱਗੇ ਵੱਧ ਨਾ ਸਕੇ। ਅੱਗੇ ਵੱਧ ਨਾ ਸਕੇ, ਹਾਂ ਜੇ ਉਹਨਾਂ ਨੇ ਮਤਲਬ ਪ੍ਰਫੁੱਲਿਤ ਹੋਣਾ ਹੈ। ਦੇਖੋ ਮੈਂ ਇਹ ਦਾਅਵਾ ਨਹੀਂ ਕਰਦਾ ਕਿ ਮੈਂ ਕੋਈ ਬਹੁਤ ਸੰਨੇਖ ਹਾਂ, ਮੈਨੂੰ ਇੰਨਾ ਪਤਾ ਕਿ ਇੱਕ ਮੇਰੀ ਅੰਡਰਸਟੈਂਡਿੰਗ ਹੈ ਤੇ ਹਾਂ ਮੈਨੂੰ ਇਹ ਵੀ ਪਤਾ ਕਿ ਮੇਰੇ ਤੋਂ ਬਹੁਤ ਖੂਬਸੂਰਤ ਵਧੀਆ ਕੰਮ ਕਰਨ ਵਾਲੇ ਹੈਗੇ ਤੇ ਮੈਂ ਖੁਦ ਉਹਨਾਂ ਨੂੰ ਸਿੱਖਦਾ। ਮੈਂ ਅੱਜ ਵੀ ਮੈਨੂੰ ਤੁਸੀਂ ਕਹੋ ਵੀ ਸ਼ਵਿੰਦਰ ਸਿੰਘ ਤੇਰੇ ਕਿਹੜੇ ਰੋਲ ਮਾਡਲ ਪੱਤਰਕਾਰ ਨੇ, ਮੈਂ ਚੱਟ ਗਿਣਾ ਦੂੰਗਾ ਵੀ ਆਹ ਮੇਰੇ ਨੇ ਤੇ ਮੈਂ ਇਹਨਾਂ ਤੋਂ ਬਹੁਤ ਕੁਛ ਸਿੱਖਦਾ ਹੈਗਾ ਵਾ। ਕਹਿਣ ਦਾ ਮਤਲਬ ਵੀ ਤੁਸੀਂ ਆਪਣਾ ਜਿਹੜਾ ਟੇਸਟ ਹੈ ਉਹਨੂੰ ਅੱਗੇ ਵਧਾਉਣਾ ਵਾ, ਆਪਣਾ ਜਿਹੜਾ ਵਿਕਾਸ ਦਿਮਾਗ ਦਾ ਉਹਨੂੰ ਅੱਗੇ ਵਧਾਉਣਾ ਜਾਂ ਫਿਰ ਉੱਥੇ ਤੱਕ ਹੀ ਮਹਿਦੂਦ ਕਰਨਾ। ਹਾਂ ਜੇ ਉੱਥੇ ਤੱਕ ਮਹਿਦੂਦ ਕਰਨਾ ਤੁਹਾਡੀ ਆਪਣੀ ਇੱਛਾ, ਬਈ ਮੇਰਾ ਤਾਂ ਮੈਂ ਤਾਂ ਹੋਰ ਕੰਮ ਬਥੇਰੇ ਨੇ, ਮੈਂ ਆਪਣੇ ਕੰਮ ਕਰੀ ਜਾਊਂ, ਮੇਰਾ ਨਾਲ ਤਾਂ ਕੋਈ ਨੁਕਸਾਨ ਨਹੀਂ ਹੁੰਦਾ ਹੈਗਾ। ਜੀ ਜੀ, ਤੁਸੀਂ ਆਪਣਾ ਸੁਣੀ ਜਾਓ ਉਹ ਜਿਹਨੂੰ ਚੱਕ ਦੇ ਧਰਦੇ ਵਾਲਿਆਂ ਨੂੰ ਤੇ ਸਾਡਾ ਕੁਛ ਨਹੀਂ ਜਾਂਦਾ ਹੈਗਾ। ਨਹੀਂ ਗੱਲ ਪਤਾ ਕੀ ਹੁੰਦੀ ਹੈ, ਦੇਖੋ ਅਸੀਂ ਜਿੰਨੀ ਮੈਂ ਕਵਰੇਜ ਕਰ ਰਿਹਾ, ਮੈਂ ਕਿਸੇ ਇੱਕ ਬੰਦੇ ਦੇ ਉੱਤੇ ਕੇਂਦਰ ਬਿੰਦੂ ਕਰਕੇ ਨਹੀਂ ਗੱਲ ਕਰ ਰਿਹਾ, ਭਾਵੇਂ ਕਈ ਮੀਡੀਆ, ਤੁਹਾਡਿਆਂ ਦੀ ਗੱਲ ਸੱਚੀ ਹੈ ਕਿ ਕਿਸਾਨ ਮਸਲੇ ਦੀ ਤਾਂ ਕਵਰੇਜ ਕੋਈ ਨਹੀਂ ਦਿਖਾ ਰਿਹਾ। ਇੱਥੇ ਲੰਗਰ ਖੀਰ ਬਣ ਰਿਹਾ ਜੀ, ਇੱਥੇ ਪੀਜ਼ਾ ਬਣ ਰਿਹਾ ਜੀ, ਇੱਥੇ ਚੱਪਲਾਂ ਵੰਡੀਆਂ ਜਾ ਰਹੀਆਂ ਜੀ, ਇੱਥੇ ਫਲਾਨੀ ਚੀਜ਼ ਵੰਡੀ ਜਾ ਰਹੀ ਹੈ ਜੀ, ਇੱਥੇ ਆਹ ਹੋ ਗਿਆ। ਉਹ ਭਰਾਵਾ ਇਹ ਤਾਂ ਦਿਖਾ ਦੇ ਵੀ ਇਹ ਲੋਕ ਇੱਥੇ ਆਏ ਕਿਉਂ ਹੈ, ਇੱਥੇ ਆਏ ਕਿਉਂ ਨੇ, ਉਹਦੇ ਵਿੱਚ ਦੇਖੋ ਕਿਵੇਂ ਪਹੁੰਚੇ ਹੈ, ਕਿੰਨਾ ਹਾਲਾਤਾਂ। ਤੁਸੀਂ ਇੱਕ ਵੀਡੀਓ ਜ਼ਿਕਰ ਕਰ ਸਕਦੇ ਹੋ ਜੇ ਤੁਸੀਂ ਵੀਡੀਓ ਜਰਨਲਿਸਟ ਹਾਂ, ਪਰ ਉਹਦੇ ਵਿੱਚ ਹੋਰ ਸੰਵਾਦ ਦੀ ਗੱਲ ਹੋ ਸਕਦੀ ਹੈ ਕਿ ਤੁਹਾਨੂੰ ਜਿਹੜਾ ਇਹ ਕਿਸਾਨੀ ਅੰਦੋਲਨ ਦਾ ਭਵਿੱਖ ਕੀ ਨਜ਼ਰ ਆਉਂਦਾ, ਉਹਦੇ ਵਿੱਚ ਕੀ ਹੋਰ ਹੈ ਜਿਹੜੀਆਂ ਹੈਗੀਆਂ ਨੇ ਚੀਜ਼ਾਂ, ਸੰਭਾਵਨਾਵਾਂ ਨੇ, ਉਹਦੇ ਵਿੱਚ ਲੋਕਾਂ ਦੀਆਂ ਕੀ ਭਾਵ ਰਾਏ ਕੀ ਹੈ, ਲੋਕ ਰਾਏ ਦਿਖਾ ਦਿਓ, ਲੋਕ ਰਾਏ ਦਿਖਾ, ਦਿੱਲੀ ਦੀ ਲੋਕ ਰਾਏ ਦਿਖਾ ਦਿਓ ਵੀ ਦਿੱਲੀ ਦੇ ਲੋਕ ਕੀ ਸੋਚਦੇ ਨੇ, ਆਮ ਲੋਕ ਕੀ ਸੋਚਦੇ ਆ, ਬਿਜ਼ਨਸਮੈਨ ਕੀ ਸੋਚਦਾ, ਜਿਹਨੂੰ ਆਪਾਂ ਇਹਦੇ ਵਿੱਚ ਵੀਡੀਓ ਪਰਿਭਾਸ਼ਾ ਦੇ ਵਿੱਚ ਕਹਿੰਦੇ ਨੇ ਵੌਕਸ ਪੌਪ, ਜਨਤਕ ਰਾਏ। ਬਿਲਕੁਲ, ਮਸਲਾ ਇਹ ਹੈਗਾ ਕਿ ਅਸਲ ਵਿੱਚ ਨਾ ਜਿਹੜਾ ਵੀਡੀਓ ਵਾਲਾ ਵੀਡੀਓ ਜਰਨਲਿਜ਼ਮ ਦੇ ਵਿੱਚ ਜਿੰਨਾ ਇਹ ਪਾਪੂਲਰ ਹੋ ਗਿਆ ਜਾਂ ਲੋਕਾਂ ਤੱਕ ਇਹਦੀ ਰੇਂਜ ਹੈ ਨਾ, ਉਹਨਾਂ ਹੀ ਜਿਹੜਾ ਗੰਦ ਵੀ ਇਹਦੇ ਵਿੱਚ ਹੈਗਾ ਅਸਲ। ਨਹੀਂ ਇਹ ਤਾਂ ਦੇਖੋ ਜੀ, ਮੇਰੇ ਇੱਕ ਦੋਸਤ ਸੀਗੇ, ਉਹ ਜਦੋਂ ਹੀ ਵਾਸ ਬੇਸਿਕ ਉਹ ਕੀ ਕਹਿੰਦੇ ਕਾਡਰ ਵੀ ਉਹਨਾਂ ਦਾ ਜਿਹੜਾ ਸੀਗਾ ਨਾ ਜੀ ਆਊਟ ਆਫ ਪੰਜਾਬ ਸੀਗਾ, ਉਹ ਕੁਛ ਸਮੇਂ ਲਈ ਜਦੋਂ ਲੁਧਿਆਣੇ ਆਏ ਤੇ ਮੈਂ ਮਿਲਣ ਗਿਆ ਉਦੋਂ, ਤੇ ਲੁਧਿਆਣੇ ਦੇ ਵਿੱਚ ਉਹਨਾਂ ਨੇ ਬੜੀ ਗੱਲ ਕਹਿੰਦੇ, ਜਦੋਂ ਪਾਪੂਲੇਸ਼ਨ ਆਉਂਦੀ ਹੈ ਨਾ, ਪਾਪੂਲੇਸ਼ਨ ਵੱਧਦੀ ਹੈ ਤੇ ਆਪਦੇ ਨਾਲ ਬਹੁਤ ਕੁਛ ਲੈ ਕੇ ਆਉਂਦੀ ਹੈ, ਤੇ ਮੈਨੂੰ ਕਹਿੰਦੇ ਸਵਰਨ ਤੂੰ ਦੇਖੀ, ਕਹਿੰਦੇ ਲੁਧਿਆਣਾ ਜਿਹੜਾ ਨਾ ਇਹੋ ਜਿਹੇ ਕ੍ਰਿਮੀਨਲਸ ਦੀ ਡੈਨ ਬਣ ਜੂਗਾ, ਪਨਾਹਗਾਹ ਬਣ ਜੂਗਾ, ਜਿਹੜੇ ਬਾਹਰਲੇ ਸੂਬਿਆਂ ਦੇ ਵਿੱਚੋਂ ਆ ਕੇ ਜਿਹੜੀ ਬਾਹਰਲੇ ਸੂਬਿਆਂ ਦੀ ਪਾਪੂਲੇਸ਼ਨ ਉਹਦੇ ਵਿੱਚ ਕੰਜ਼ਿਊਮ ਹੋ ਜਾਣਗੇ, ਤੇ ਇੱਥੇ ਆ ਕੇ ਰਹਿਣਗੇ ਸ਼ਾਂਤੀ ਨਾਲ, ਕੰਮ ਵੀ ਕਰਨਗੇ, ਦਿਹਾੜੀ ਵੀ ਕਰਨਗੇ, ਤੁਹਾਨੂੰ ਪਤਾ ਨਹੀਂ ਲੱਗੂਗਾ ਕਿ ਬੰਦਾ ਕਿੱਡਾ ਵੱਡਾ ਕ੍ਰਿਮੀਨਲ ਆ, ਤੇ ਲਾਅ ਨੂੰ ਲੱਭਣਾ ਔਖਾ ਹੋ ਜਾਣਾ। ਇਹੀ ਕਾਰਨ ਹੋ ਗਿਆ ਕਿ ਹੁਣ ਸਾਨੂੰ ਇਹ ਲੱਭਣਾ ਔਖਾ ਹੋ ਗਿਆ ਕਿ ਅਸਲ ਦੇ ਵਿੱਚ ਲੋਕ ਪੱਖੀ ਕੌਣ ਹੈ, ਤੇ ਲੋਕ ਪੱਖੀ ਦੇ ਵਿੱਚ ਇੱਕ ਗੋਲੀ ਆਉਂਦੀ ਨਾ ਜ਼ੋਰ ਕਾ ਝਟਕਾ ਧੀਰੇ ਸੇ ਲਗੇ, ਉਹ ਕੌਣ ਹੈ, ਤੇ ਇਹਨੂੰ ਸਪੋਰਟ ਕੌਣ ਕਰ ਰਿਹਾ, ਇਹਦੇ ਪਿੱਛੇ ਪੈਸਾ ਕਿਹਦਾ। ਬਾਕੀ ਮੈਂ ਕੰਮ ਦੀ ਗੱਲ ਜਿਹੜੀ ਦੱਸਣਾ ਚਾਹੁੰਦਾ ਕਿ ਖਾਸ ਕਰ ਮੈਂ ਪੰਜਾਬ ਦੇ ਪੱਤਰਕਾਰਾਂ ਬਾਰੇ ਇੱਕ ਗੱਲ ਜਾਣਦਾ, ਮੈਨੂੰ ਇੱਕ ਵਾਰ ਇੱਕ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਨੇ ਹਮੀਰ ਸਿੰਘ, ਤੁਸੀਂ ਹਾਂ ਬਿਲਕੁਲ ਜੀ ਆਉਂਦੇ ਰਹਿੰਦੇ ਨੇ ਆਪਣੇ, ਹਾਂਜੀ, ਉਹਨਾਂ ਨੇ ਮੈਨੂੰ ਇੱਕ ਗੱਲ ਬੜੀ ਵਧੀਆ ਕਹੀ ਸੀ ਕਿ ਉਹ ਗੱਲ 2010 ਕਹੀ ਸੀਗੀ ਉਹਨੇ ਮੈਨੂੰ, ਉਹ ਕਹਿੰਦੇ ਵੀ ਮੈਂ ਤੈਨੂੰ ਸ਼ਵਿੰਦਰ ਲਿਖ ਕੇ ਦਿੰਦਾ ਕਿ ਜਿਹੜੇ ਚੰਡੀਗੜ੍ਹ ਦੇ ਪੱਤਰਕਾਰ ਆ, ਕਿਉਂਕਿ ਰਾਜਧਾਨੀ ਦੇ ਪੱਤਰਕਾਰ ਹੋ ਗਏ ਨਾ, ਤੇ ਇਹ ਤਿੰਨ ਸੂਬਿਆਂ ਨੂੰ ਰੀਪ੍ਰੈਜੈਂਟ ਕਰਦੇ ਨੇ, ਪੰਜਾਬ, ਹਰਿਆਣਾ ਤੇ ਹਿਮਾਚਲ ਨੂੰ, ਕਹਿੰਦੇ ਮੈਂ ਤੈਨੂੰ ਲਿਖ ਕੇ ਦਿੰਦਾ ਤੇ ਸਿਰਫ ਉਹਨਾਂ 5-7 ਦੇ ਤੈਨੂੰ ਨਾਂ ਦੇ ਦਿੰਦਾ ਜਿਹੜੇ ਪੜ੍ਹਦੇ ਨੇ, ਜਿਹਨਾਂ ਦਾ ਪੜ੍ਹਾਈ ਨਾਲ ਕੋਈ ਸਰੋਕਾਰ ਆ, ਕਿਤਾਬਾਂ ਨਾਲ ਕੋਈ ਸਰੋਕਾਰ ਆ, ਬਾਕੀ ਕਹਿੰਦੇ ਜੀ ਬਿਲਕੁਲ ਹੀ ਮਾਤਾ ਦਾ ਮਾਲ ਹੈ। ਮੈਂ ਫਿਰ ਜਦੋਂ ਖੁਦ ਆਪਣਾ ਉਹਨਾਂ ਨੇ 10 ਦੀ ਕਹੀ ਹੋਈ ਗੱਲ ਆ, 20 ਹੋ ਗਿਆ, ਤੇ 10 ਸਾਲ ਚ ਮੈਂ ਖੁਦ ਵੀ ਚੰਡੀਗੜ੍ਹ ਰਹਿ ਕੇ ਸਮਝ ਗਿਆ ਗੱਲ ਉਹਦੀ, ਹਮੀਰ ਸਿੰਘ ਦੀ, ਕਿ ਉਹਨੇ ਜਿਹੜੀ ਮੈਨੂੰ 10 ਚ ਗੱਲ ਕਹੀ ਸੀ ਸੱਚੀ ਮੁੱਚੀ ਪੜ੍ਹਾ, ਕਿਉਂਕਿ ਇੱਕ ਜਰਨਲਿਸਟ ਆ ਨਾ ਲਿਟਰੇਚਰ ਨਾਲ ਤੇ ਕਰੰਟ ਨਾਲ, ਪੋਲੀਟਿਕਸ ਦੀ ਜਿਹੜਾ ਪੋਲੀਟਿਕਸ ਦਾ ਲਿਟਰੇਚਰ ਹੈ ਉਹਦੇ ਨਾਲ ਬਹੁਤ ਜ਼ਰੂਰੀ ਹੈ। ਮੰਨ ਲਓ ਕਿ ਅੱਜ ਮੈਂ ਮਤਲਬ ਬੀਜੇਪੀ ਦੇ ਉੱਤੇ ਸਟੋਰੀ ਕੋਈ ਕਰਨੀ ਆ, ਤਾਂ ਮੈਂ ਉਹਦੇ ਲਈ ਜਿਹੜਾ ਹੈਗਾ ਬੀਜੇਪੀ ਦੇ ਸਟੋਰੀ ਕਰਨ ਤੋਂ ਪਹਿਲਾਂ ਮੈਨੂੰ ਇਹ ਦੇਖਣਾ ਪਏਗਾ ਕਿ ਬੀਜੇਪੀ ਉੱਤੇ ਲਿਖਿਆ ਕਿਹੜੇ ਬੰਦਿਆਂ ਨੇ ਬਹੁਤ ਵਧੀਆ ਹੈਗਾ ਅਜੇ ਤੱਕ, ਤੇ ਉਹ ਮੈਂ ਲਿਟਰੇਚਰ ਉਹਨੂੰ ਚੁੱਕਾਂਗਾ। ਤੇ ਅੱਛਾ ਮੈਂ ਕਿਸੇ ਬੀਜੇਪੀ ਦੇ ਨੇਤਾ ਨੇ ਗੋਡਸੇ ਵਾਲੇ ਕੋਈ ਬਿਆਨ ਦੇ ਦਿਆ, ਤੇ ਮੈਂ ਕੈਰਵਾਨ ਵੱਲੋਂ ਜਿਹੜਾ ਹੈਗਾ 2 ਸਾਲ ਪਹਿਲਾਂ ਕੱਢਿਆ ਅੰਕ ਹੈ ਪੂਰਾ ਗੋਡਸੇ ਬਾਰੇ, ਉਹਨੂੰ ਪੜ੍ਹਨਾ ਪਸੰਦ ਕਰਾਂਗਾ, ਠੀਕ ਹੈ। ਤੇ ਲੇਕਿਨ ਇੱਥੇ ਜਿਹੜਾ ਹੈਗਾ 4 ਗੱਲਾਂ ਉਹਨਾਂ ਨੇ ਸ਼ਵਿੰਦਰ ਸਿੰਘ ਤੋਂ ਸੁਣ ਲਈਆਂ, 4 ਗੱਲਾਂ ਸਵਰਨ ਸਿੰਘ ਦਾਨੇ ਵਾਲੀਆਂ ਤੋਂ ਸੁਣਗੇ, ਚਲੋ ਜੀ ਮੇਰੀ ਸਟੋਰੀ ਹੋ ਗਈ। ਇਹਦੇ ਵਿੱਚ ਮੈਂ ਬਹੁਤ ਡੈਪਥ ਪਾ ਦਿੱਤੀ, ਇਹ ਮਤਲਬ ਹਾਲ ਸਾਡੇ ਚੰਡੀਗੜ੍ਹੀਆਂ ਦਾ ਇਹਦੇ ਬਾਰੇ। ਨਹੀਂ ਕੱਲ ਵਾਲੀ ਗੱਲ ਲਓ, ਪਰਸੋਂ ਦੇਖੋ ਲਖਵਿੰਦਰ ਸਿੰਘ ਜਾਖੜ ਨੇ ਅਸਤੀਫਾ ਦਿੱਤਾ, ਸਤੰਬਰ ਦੇ ਵਿੱਚ ਉਹ ਬੰਦਾ ਬਹਾਲ ਹੋ ਗਿਆ,
ਹਜੇ ਤੱਕ ਉਹਨੂੰ ਅੱਧੇ ਤੋਂ ਜ਼ਿਆਦਾ ਜਿਹੜੇ ਹੈਗੇ ਨੇ ਪੇਜਾਂ ਵਾਲੇ ਨੂੰ ਸਸਪੈਂਡਡ ਲਿਖੀ ਜਾਂਦੇ ਨੇ, ਹੋਰ ਲਿਖੀ ਜਾਂਦੇ ਨੇ, ਸਾਰਾ ਕੁਝ ਲਿਖੀ ਜਾਂਦਾ, ਉਹਨਾਂ ਨੂੰ ਇਹ ਨਹੀਂ ਪਤਾ ਵੀ ਸਸਪੈਂਡਡ ਬੰਦਾ ਤਾਂ ਅਸਤੀਫਾ ਤੇ ਪ੍ਰੀ ਮੈਚੋਰ ਰਿਟਾਇਰਮੈਂਟ ਲੈ ਹੀ ਨਹੀਂ ਸਕਦਾ, ਨਹੀਂ ਸਕਦਾ, ਇਹੀ ਤਾਂ ਕਾਗਜ਼ੀ ਗੱਲ ਹੈ, ਇਹੀ ਤਾਂ ਪਤਾ ਹੋਣਾ ਚਾਹੀਦਾ ਕਿ ਜੇਕਰ ਉਹ ਬੰਦਾ ਰਿਟਾਇਰ ਵੀ ਹੋਊਗਾ ਨਾ ਉਹ ਸਸਪੈਂਸ਼ਨ ਦੇ ਵਿੱਚ ਵੀ ਨਹੀਂ ਰਿਟਾਇਰ ਹੋ ਸਕਦਾ। ਬਿਲਕੁਲ ਹਾਂ, ਇਹ ਵੀ ਕੋਈ ਕਾਨੂੰਨ ਹੁੰਦੇ ਨੇ, ਉਹਨੂੰ ਕੁਛ ਸਮੇਂ ਲਈ 2 ਘੰਟੇ ਲਈ ਬਹਾਲ ਕਰਕੇ ਉਹਨੂੰ ਰਿਟਾਇਰ ਕਰਕੇ ਫਿਰ ਉਹਦੀ ਇਨਕੁਆਇਰੀ ਚੱਲਦੀ ਰਹੂਗੀ, ਕਿਉਂਕਿ ਸਸਪੈਂਸ਼ਨ 'ਚ ਤਾਂ ਤੁਸੀਂ ਕਿਸੇ ਨੂੰ ਕੁਛ ਹੀ ਨਹੀਂ ਕਰ ਸਕਦੇ। ਬਿਲਕੁਲ ਹਾਂ, ਸੋ ਇਹ ਚੀਜ਼ਾਂ ਨੇ ਜੀ, ਗੱਲ ਇਹ ਘਰ ਬੜੇ ਦੂਰ ਨੇ, ਪੱਤਰਕਾਰਤਾ 'ਤੇ ਬੜਾ ਕੁਛ ਹੈ, ਸੋ ਸਾਡੇ ਲਿਸਨਰ ਵੀ ਸਾਡੇ ਨਾਲ ਜਿਹੜੇ ਨੇ ਕੁਛ ਸਾਨੂੰ ਸੁਣ ਰਹੇ ਨੇ, ਬੜਾ ਮੈਂ ਕਾਲਸ ਜਿਹੜੀਆਂ ਮੈਨੂੰ ਸਮਝ ਨਹੀਂ ਆਇਆ ਕਿ ਅੱਜ ਕਾਲਸ ਜਿਹੜੀਆਂ ਕੁਛ ਚੱਕੀਆਂ ਨਹੀਂ ਗਈਆਂ ਮੇਰੇ ਤੋਂ, ਮੈਂ ਮਾਫ਼ੀ ਚਾਹਾਂਗਾ। ਅਤੇ ਸ਼ਵਿੰਦਰ ਜੀ ਬਹੁਤ ਬਹੁਤ ਧੰਨਵਾਦ, ਤੁਹਾਡਾ ਮਿਹਰਬਾਨੀ, ਤੁਸੀਂ ਜੁੜੇ, ਸ਼ੁਕਰੀਆ ਜੀ, ਮਿਹਰਬਾਨੀ। ਇਹ ਸਨ ਜੀ ਸ਼ਵਿੰਦਰ ਜੀ ਸਾਡੇ ਨਾਲ, ਅਤੇ ਸਾਡੀ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ, ਤੁਸੀਂ ਗੱਲਬਾਤ ਸਾਡੇ ਨਾਲ ਕਰ ਸਕਦੇ ਹੋ। ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਇਸੇ ਤਰ੍ਹਾਂ ਬਰਕਰਾਰ ਰਹਿਣਗੇ, ਜਾਰੀ ਰਹਿਣਗੇ, ਅਤੇ ਡਾਕਟਰ ਹਰਸ਼ਿੰਦਰ ਕੌਰ ਹੋਰੀ ਮੇਰੇ ਨਾਲ ਅੱਜ ਸੋਮਵਾਰ ਹੈ, ਉਹ ਸਾਡੇ ਨਾਲ ਜੁੜਨਗੇ, ਅਤੇ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ, ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਸੋ ਜਿਹੜਾ ਕੋਈ ਵੀ ਵੀਰ ਸਾਡੇ ਨਾਲ ਰੇਡੀਓ ਪੰਜਾਬ ਟੂਡੇ ਦੇ ਨਾਲ ਜੁੜਨਾ ਚਾਹੁੰਦਾ, ਪ੍ਰੋਗਰਾਮ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਨੇ, ਤੁਸੀਂ ਸਪੋਂਸਰ ਕਰਨਾ ਚਾਹੁੰਦੇ ਹੋ, ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ, +9197804174141 'ਤੇ 9780141 4141। JB Truck Repair, Yuba City, Certified Cummins, Detroit Freightliner, Western Star, Volvo, Caterpillar, ate Series 60 Engines, International ate Automatic Transmissions, 5 Saal da Freightline Dealership da Experience, A Engine, Truck, Trailer, AC, Electrical, DPF, DEF Repair karde han, Transmission, Rear End, Brakes, Oil Change kar dende han, Certified 90-Day DOT Inspection ate Certified Annual Federal DOT Inspection ਕਰਦੇ ਹਨ, 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7, ਨਵੇਂ ਕਸਟਮਰਸ ਲਈ 10% ਡਿਸਕਾਊਂਟ, ਹਫਤੇ ਦੇ 7 ਦਿਨ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਬਾਈ ਜੀ, ਨਵੀਂ DD15 ਚਲਾਉਂਦੇ ਜਾਂ ਪੈਕਾਰ, ਮੈਕਸਫੋਰਸ, ਕਮਿੰਸ, ISX, ਵੋਲਵੋ, ਮਰਸੀਡੀਜ਼, ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰਿਜਿਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ। ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ, ਵਾਹ ਭਾਈ ਵਾਹ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ, 2 ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ, ਮੰਨ ਲਓ। 519-622-0660 QTL, because we care. Quick Truck Lube. ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟ੍ਰੀਟ ਹਾਈਵੇ, ਐਗਜ਼ਿਟ 208 'ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066, ਯਾਨੀ 360-652-6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿੱਲ ਟਰੈਵਲ ਸੈਂਟਰ, 14814 ਐਲੋਮ ਸਟ੍ਰੀਟ, ਲੋਸਟ ਹਿਲਸ। ਫੋਨ ਨੰਬਰ 661-797-2354। ਉਹ ਯਾਰ, ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ, ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ, ਹੋਮ ਰਿਟਰਨ ਵਿਦ ਇਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ, ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403-404-95-1, 403-404-9501। ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਈਆਸ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਊਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ।
लैंडस्केपिंग अते निर्माण कार्य चल रहे ने तेजी नाल। इस तो पहला कि सारे प्लाट बुक हो जान, संपर्क करो 8556002064 अते 85560271। जसी आ की असि पहुंच भी गए, तुसी हाले तैयार नहीं होए, जाना नहीं जसमीत होरां दी पार्टी च। तैयार की होवा, प्रीत दे पापा ता आए नहीं। क्यों, की हो गया? होना की आ, ओना नु ता अपने प्यारे ट्रक दियां समस्यावां तो ही वेल नहीं मिलदी, घरे ता आउणा नहीं, जदों देखो खराब ही रहंदा। अकाल ट्रक एंड ट्रेलर कनेडा वालां दा नहीं पता होना ओनू, ता ही इन्ना टाइम वेस्ट करदा हो। ओनू अज ही कह के अकाल ट्रक ते ट्रेलर वालां दे जा ते अपने ट्रक नु 9x9 बना। जी हाँ, अकाल ट्रक एंड ट्रेलर सेंटर विनिपेग कनाडा, जेडे हर तरह दी मेजर ते माइनर ट्रक एंड ट्रेलर रिपेयर कर दी है, DOT सेफ्टी इंस्पेक्शंस कर दी है, ए हर तरह दी ब्रेका दे काम तो लेके सस्पेंशन, टायर इंस्टॉलेशन, इलेक्ट्रिक एंड डायग्नोस, रीबिल्ड ट्रांसमिशन, डिफरेंशियल ते क्लच जॉब्स, ऑयल चेंज, हर एक काम बड़ी तसल्ली नाल कर दे है जी। ए MPI अप्रूव्ड ने, और हाँ ए सीजनल सर्विसेज भी प्रोवाइड कर दे है। 24 घंटे 7 दिन दी सर्विसेज लाई ते वधेरे जानकारी लई कॉल करो 204-409-2000 या फिर कॉल करो 204-770-0460। बेकर्सफील्ड विखे यूनियन अते प्लांस रोड दे कॉर्नर ते खुल गया है नवा ट्रक स्टॉप यूनियन विलेज, जिथे मिलदा है वधिया गैस अते बिना बायोडीजल दे वधिया ते सस्ता डीजल, हर तरह दी ग्रोसरी, चाइनीज अते इंडियन रेस्टोरेंट, जिथे मिलेगा वधिया खाना, दो परौंठे सिर्फ 499 च। ट्रक ड्राइवर वीरा लई टू गो अते बैठ के खान लई वधिया जगह, नवे अते पुराने टायरा लई अते ट्रकां दी माइनर रिपेयर लई अज ही कॉल करो सुखी कुम्मण 6618858 6518588858। एड्रेस 2201 साउथ यूनियन एवेन्यू बेकर्सफील्ड कैलिफोर्निया 93307। यूनियन विलेज जी प्रोग्राम